ਵੀਰ ਔਰ ਭੈਣ ਜੋ ਜੁੜੇ ਹਨ ਇਸ ਕਲਾਸ ਦੇ ਅੰਦਰ, ਉਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਔਰ ਜਿਵੇਂ ਆਪ ਜੀ ਨੂੰ ਪਤਾ ਹੈ, ਹਰ ਸੋਮਵਾਰ ਵਾਲੇ ਦਿਨ ਮਾਣਯੋਗ ਵੀਰ ਹਰਜੀਤ ਸਿੰਘ ਜੀ ਸਾਨੂੰ ਸੰਕੇਤਕ ਸ਼ਬਦਾਵਲੀ ਦੇ ਬਾਰੇ ਸਾਨੂੰ ਸੂਚਨਾ ਦਿੰਦੇ ਹਨ, ਜੋ ਕਿ ਬਹੁਤ ਹੀ ਮਹੱਤਵਪੂਰਨ ਹੈ। ਔਰ ਇਹ ਸੂਚਨਾ ਜਦੋਂ ਸਾਨੂੰ ਪ੍ਰਾਪਤ ਹੁੰਦੀ ਹੈ ਤੇ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਤਾਂ ਉਸ ਵਕਤ ਸਾਨੂੰ ਆਸਾਨੀ ਹੁੰਦੀ ਹੈ ਕਿ ਉਹ ਅੱਖਰ ਜਿਹੜੇ ਗੁਰਬਾਣੀ ਵਿੱਚ ਆਏ ਹਨ ਉਹਨਾਂ ਦੀ ਬੈਕਗ੍ਰਾਉਂਡ ਕੀ ਹੈ। ਤਾਂ ਮੈਂ ਬੇਨਤੀ ਕਰਾਂਗਾ ਵੀਰ ਅਜੀਤ ਸਿੰਘ ਜੀ ਨੂੰ ਕਿ ਉਹ ਆਪਣੇ ਵਿਚਾਰ ਨੂੰ ਆਰੰਭ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸ਼ੈਵੰ ਗੁਰਪ੍ਰਸਾਦ। ਸਨਮਾਨਯੋਗ ਗੁਰੂ ਪਿਆਰਿਓ, ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਸੰਕੇਤਕ ਸ਼ਬਦ, ਜਿਨ੍ਹਾਂ ਦਾ ਸਰੋਤ ਕੀ ਹੈ, ਜਿਹੜੇ ਸ਼ਬਦ ਕਿੱਥੋਂ ਵਰਤੇ ਗਏ, ਕਿਵੇਂ ਆਏ, ਉਹਨਾਂ ਦੇ ਅਰਥ ਭਾਵ ਕੀ ਹਨ, ਇਹ ਕੁਝ ਵਿਚਾਰਾਂ ਆਪਾਂ ਕਰ ਰਹੇ ਹਾਂ। ਮੰਮਾ ਅੱਖਰ ਤੋਂ ਸ਼ੁਰੂ ਹੁੰਦੇ ਸ਼ਬਦਾਂ ਦੀ ਵਿਚਾਰ ਚੱਲ ਰਹੀ ਸੀ, ਜਿਹਦੇ ਵਿੱਚੋਂ ਕੁਝ ਸ਼ਬਦ ਬਾਕੀ ਹਨ, ਉਹ ਕਰਕੇ ਫਿਰ ਅਗਲੇ ਸ਼ਬਦਾਂ ਦੀ ਵਿਚਾਰ ਕਰਾਂਗੇ। ਅੱਜ ਤੋਂ ਅਸੀਂ ਵਿਚਾਰ ਸ਼ੁਰੂ ਕਰਦੇ ਹਾਂ ਮਧਾਵਨੀ ਸ਼ਬਦ ਤੋਂ। ਮਧਾਵਨੀ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਦੋ ਜਗ੍ਹਾ ਦੇ ਉੱਤੇ ਮਿਲਦਾ ਹੈ, ਦੋ ਰੂਪ ਵੀ ਹਨ, ਇੱਕ ਉੱਤੇ ਟਿੱਪੀ ਵਾਲਾ ਹੈ, ਇੱਕ ਬਿਨਾਂ ਟਿੱਪੀ ਤੋਂ ਹੈ ਮਧਾਵਨੀ। ਬਹੁਤ ਸਾਰੇ ਵਿਦਵਾਨਾਂ ਨੇ ਜਦੋਂ ਮਧਾਵਨੀ ਟਿੱਪੀ ਵਾਲਾ ਅਤੇ ਮਧਾਵਨੀ ਟਿੱਪੀ ਤੋਂ ਬਗੈਰ ਇਹਨਾਂ ਦੇ ਅਰਥਾਂ ਦਾ ਫਰਕ ਵੀ ਪਾਇਆ, ਲੇਕਿਨ ਇਹਨਾਂ ਦੇ ਅਰਥ ਬੋਧ ਵਿੱਚ ਕੋਈ ਫਰਕ ਨਹੀਂ ਹੈ। ਗੁਰੂ ਗ੍ਰੰਥ ਸਾਹਿਬ 'ਚ ਬਹੁਤ ਥਾਂ 'ਤੇ ਸਾਨੂੰ ਕੁਝ ਚੀਜ਼ਾਂ ਇਸ ਜਿਹੀਆਂ ਮਿਲ ਜਾਂਦੀਆਂ ਹਨ, ਜਿੱਥੇ ਇੱਕ ਥਾਂ 'ਤੇ ਟਿੱਪੀ ਨਾਲ ਲਿਖਿਆ ਹੋਇਆ, ਇੱਕ 'ਤੇ ਟਿੱਪੀ ਨਾਲ ਬਿਨਾਂ ਵੀ ਲਿਖਿਆ ਹੋਇਆ। ਇਹ ਉਚਾਰਨ ਸਿੱਧਾਂ ਹਨ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੀਆਂ ਗਈਆਂ ਹਨ, ਵੀ ਜੇ ਟਿੱਪੀ ਨਾਲ ਸ਼ਬਦ ਆ ਗਿਆ ਤਾਂ ਇਹਦਾ ਮਤਲਬ ਮੁਧਾਵਨੀ ਟਿੱਪੀ ਨਾਲ ਹੀ ਉਚਾਰ ਹੋਵੇ, ਮੁਧਾਵਨੀ ਨਹੀਂ ਹੋਏਗਾ, ਉੱਥੇ ਵੀ ਉਚਾਰਨ ਮੁਧਾਵਨੀ ਹੀ ਹੋਏਗਾ। ਇੱਕ ਸੁਰਠ ਰਾਗ ਵਿੱਚ ਸ਼ਬਦ ਮਿਲਦਾ ਹੈ, ਤੇ ਇੱਕ ਉਹ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ, ਤੇ ਇੱਕ ਸਿਰਲੇਖ ਹੈ ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਪਤੀ ਦੇ ਸਮੇਂ ਸਾਨੂੰ ਉੱਤਰ ਦਿੱਤਾ ਹੈ। ਬਹੁਤ ਸਾਰੇ ਵਿਦਵਾਨਾਂ ਨੇ ਕੋਸ਼ਾਂ ਦੇ ਵਿੱਚ ਮੁਧਾਵਨੀ ਸ਼ਬਦ ਮੁੱਧ ਧਾਤੀ ਤੋਂ ਬਣਿਆ, ਜਿਹਦਾ ਅਰਥ ਪ੍ਰਸੰਨ ਕਰਨਾ ਵੀ ਹੁੰਦਾ ਹੈ, ਇਸ ਦਾ ਅਰਥ ਬੁਝਾਰਤ ਜਾਂ ਪਹੇਲੀ ਵੀ, ਕਿ ਲਹਿੰਦੀ ਬੋਲੀ ਜਿਹੜੀ ਪੋਠੋਹਾਰੀ ਬੋਲੀ ਹੈ ਉਹਦੇ ਵਿੱਚ ਇਹਦਾ ਅਰਥ ਮੁਧਾਵਨੀ ਦਾ ਬੁਝਾਰਤ ਜਾਂ ਪਹੇਲੀ ਵੀ ਕਿਹਾ ਜਾਂਦਾ ਹੈ, ਜਿਹੜੀ ਅੱਜ ਵੀ ਪਾਕਿਸਤਾਨ ਦੇ ਵਿੱਚ ਜੋ ਇਲਾਕਾ ਪੱਛਮੀ ਪੰਜਾਬ ਦਾ ਹੈ ਉੱਥੇ ਇਸ ਸ਼ਬਦ ਦੀ ਵਰਤੋਂ ਹੁੰਦੀ ਹੈ। ਆਮ ਤੌਰ 'ਤੇ ਆਪ ਬੋਲੀ ਵਿੱਚ ਕਈ ਵਾਰੀ ਕਹਿੰਦੇ ਨੇ ਐਵੇਂ ਮੁਧਾਵਨੀ ਕਿਉਂ ਪਾਈ ਜਾਂਦਾ ਹੈ, ਕਿਸੇ ਦੀ ਗੱਲ ਕਰ, ਬੁਝਾਰਤ ਦੀ ਗੱਲ ਵੀ ਅਰਥ ਭਾਵ ਹਨ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਮੁਧਾਵਨੀ ਪਦ ਵਰਤਿਆ ਗਿਆ ਹੈ ਉਹ ਮੁੱਧ ਧਾਤੂ ਤੋਂ ਬਣਿਆ, ਜਿਹਦਾ ਅਰਥ ਹੈ ਮੋਰ ਛਾਪ ਕਰਨੇ, ਮੋਰ ਛਾਪ ਲਾਉਣੇ। ਜਦੋਂ ਪੁਰਾਣੇ ਸਮੇਂ ਦੇ ਵਿੱਚ ਰਾਜੇ ਮਹਾਰਾਜਿਆਂ ਦਾ ਭੋਜਨ, ਜਦੋਂ ਉਹਨਾਂ ਦੇ ਅਧਿਕਾਰੀ ਜਾਂ ਵਿਸ਼ੇਸ਼ ਨੌਕਰ ਚਾਕਰ ਜਿਹੜੇ ਤਿਆਰ ਕਰਦੇ ਸਨ, ਤਾਂ ਉਹਨਾਂ ਦੇ ਉੱਤੇ ਚੈਕਿੰਗ ਤੋਂ ਬਾਅਦ ਥਾਲ ਪਰੋਸ ਕੇ ਉੱਤੇ ਮੋਹਰ ਲਾ ਦਿੱਤੀ ਜਾਂਦੀ ਸੀ, ਤਾਂ ਕਿ ਉਹਦੇ ਵਿੱਚ ਹੁਣ ਕੋਈ ਮਿਲਾਵਟ ਨਾ ਕਰ ਸਕੇ ਜਾਂ ਵਾਧੂ ਚੀਜ਼ ਕੋਈ ਨਾ ਮਿਲਾ ਸਕੇ। ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸਮਾਪਤੀ ਕੀਤੀ ਗਈ
ਤਾਂ ਉਹਦੇ ਉੱਤੇ ਭਾਈ ਕਾਨ ਸਿੰਘ ਨਾਭਾ ਨੇ ਜੋ ਅਰਥ ਕੀਤੇ ਮੁੰਦਣਾ ਮੋਰ ਛਾਪ ਲਾਉਣਾ, ਤੋ ਇਹ ਅਰਥ ਉਹਨਾਂ ਨੇ ਆਪਣੇ ਮਹਾਨ ਕੋਸ਼ ਦੇ ਵਿੱਚ ਵੀ ਕੀਤੇ ਹਨ। ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਵੀ ਇਹਦੇ ਅਰਥ ਮੁੰਦਣਾ ਤੇ ਮੋਰ ਛਾਪ ਲਾਉਣਾ ਕੀਤੇ ਹਨ। ਪ੍ਰੋਫੈਸਰ ਹਰਬੰਸ ਸਿੰਘ ਨੇ ਦੋਨੇ ਅਰਥ ਦਿੱਤੇ ਹਨ ਆਪਣੇ ਗੁਰੂ ਦਰ ਜੋ ਉਹਨਾਂ ਨੇ ਸਟੇਕ ਕੀਤਾ ਹੈ, ਪਰ ਉਹਨਾਂ ਨੇ ਵੀ ਇਹਦੇ ਅਰਥ ਭਾਵ ਜਦੋਂ ਸਹਿਮਤੀ ਪ੍ਰਗਟ ਕੀਤੀ ਉਹ ਮੁੰਦਣਾ ਤੇ ਮੋਰ ਛਾਪ ਲਾਉਣਾ ਦੇ ਕੀਤੇ ਹਨ। ਜਿੱਥੇ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਿਓ, ਜਿਸ ਕਾ ਸਭ ਸੁਧਾਰੋ। ਇਹ 1429 ਅੰਕ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਸ਼ਬਦ ਜਿਹੜਾ ਹੈ ਇਹ ਦਰਜ ਹੈ। ਤੋ ਇਸ ਤੋਂ ਅਗਲਾ ਸ਼ਬਦ ਅਸੀਂ ਲੈਂਦੇ ਹਾਂ ਮੂਰਤੀ ਪੂਜਾ ਜਾਂ ਮੂਰਤ ਪੂਜਾ। ਮੂਰਤੀ ਪੂਜਾ ਕੀ ਹੈ ਇਹ ਥੋੜ੍ਹਾ ਜਿਹਾ ਆਪਾਂ ਨੂੰ ਵਿਸਤਾਰ ਦੇ ਨਾਲ ਚੱਲਣਾ ਪਏਗਾ। ਕਿਸੇ ਕਲਾਕਾਰ ਜਾਂ ਕਾਰੀਗਰ ਦੁਆਰ ਵੱਲੋਂ ਕਿਸੇ ਦੇਵਤੀ ਦੇਵੀ ਦੇਵਤੇ ਦਾ ਮਿੱਟੀ ਜਾਂ ਪੱਥਰ ਜਾਂ ਹੋਰ ਮਸਾਲੇ ਨਾਲ ਤਿਆਰ ਕੀਤਾ ਹੋਇਆ ਦੇਹ ਸਰੂਪ ਜਾਂ ਦੇਹਧਾਰੀ ਸਰੂਪ ਉਹਨੂੰ ਮੂਰਤ ਕਿਹਾ ਜਾਂਦਾ ਹੈ। ਸ਼ਰਧਾ ਭਾਵਨਾ ਨਾਲ ਇਸ ਦੀ ਮਾਨਤਾ ਜਿਹੜੀ ਕਰਨੀ ਉਹਨੂੰ ਮੂਰਤੀ ਪੂਜਾ ਕਹਿ ਦਿੱਤਾ ਜਾਂਦਾ ਹੈ। ਉਹਨੂੰ ਮੂਰਤ ਹੈ ਤੇ ਉਹਨੂੰ ਮੂਰਤੀ ਪੂਜਾ ਕਿਹਾ ਜਾਂਦਾ ਹੈ ਸ਼ਰਧਾ ਭਾਵਨਾ ਦੇ ਨਾਲ ਜਦੋਂ ਇਹਦੀ ਪੂਜਾ ਕਰਦੇ ਸਨ। ਸਨਾਤਨੀ ਸੰਪਰਦਾਵਾਂ ਦੇ ਵਿੱਚ ਵੱਖ ਵੱਖ ਦੇਵੀ ਦੇਵਤਿਆਂ ਦੀਆਂ ਵੱਖੋ ਵੱਖੋ ਮੂਰਤੀਆਂ ਮਿਲਦੀਆਂ ਨੇ। ਪਹਿਲੇ ਪਹਿਲ ਸ਼ਾਇਦ ਕਿਸੇ ਪੰਡਿਤਾਂ ਨੇ ਜਾਂ ਸਿਆਣੇ ਬੰਦਿਆਂ ਨੇ ਇਹ ਆਮ ਬੰਦਿਆਂ ਦਾ ਧਿਆਨ ਜੋੜਨ ਦੇ ਲਈ ਇਹ ਬਣਾ ਦਿੱਤੀਆਂ ਗਈਆਂ ਹੋਣ। ਫਿਰ ਹੌਲੀ 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 ਇਹਦਾ ਅਰਥ ਜਾਂ ਅਸਲੀ ਮਨੋਰਥ ਭੁੱਲ ਕੇ ਇਹ ਬੁੱਤ ਪੂਜਾ ਜਾਂ ਪੱਥਰ ਪੂਜਾ ਦਾ ਵਿਧਾਨ ਜਿਹੜਾ ਸੀ ਉਹ ਸ਼ੁਰੂ ਹੋ ਗਿਆ ਤੇ ਸਾਰਾ ਭਾਰਤ ਜਿਹੜਾ ਸੀ ਬੁੱਤ ਪ੍ਰਸਤੀ ਬਣ ਗਿਆ। ਪੱਥਰ ਪੂਜਾ ਦੇ ਜਿਹੜੇ ਸਿੱਟੇ ਨਿਕਲੇ, ਪੁਰੋਹਿਤ ਵਰਗ ਨੇ ਲੋਕਾਂ ਨੂੰ ਲੁੱਟਿਆ। ਇਹ ਕਿਵੇਂ ਵਰਗਲਾਇਆ, ਬੜੀ ਦੁਖਦਾਈ ਕਹਾਣੀ ਜਿਹੀ ਹੈ ਇਹ ਸਾਰੀ ਮੂਰਤੀ ਪੂਜਾ ਦੀ। ਤੋ ਗੁਰੂ ਸਾਹਿਬ ਜੀ ਨੇ ਜਾਂ ਭਗਤ ਗੁਰੂ ਸਾਹਿਬ ਤੋਂ ਪਹਿਲਾਂ ਭਗਤਾਂ ਨੇ ਵੀ ਪਰਮੇਸ਼ਰ ਦੀ ਬੰਦਗੀ ਦੇ ਉੱਤੇ ਜ਼ੋਰ ਦਿੱਤਾ, ਮੂਰਤੀ ਪੂਜਾ ਦੀ ਨਿਖੇਧੀ ਕੀਤੀ। ਬੇਜਾਨ ਇਹ ਗੱਲ ਸਮਝਾ ਦਿੱਤਾ ਕਿ ਬੇਜਾਨ ਚੀਜ਼ਾਂ ਮਨੁੱਖਤਾ ਕੁਝ ਨਹੀਂ ਸਵਾਰ ਸਕਦੀਆਂ, ਇਸ ਦੀ ਪੂਜਾ ਜਿਹੜੀ ਕਰਨੀ ਵਿਅਰਥ ਹੈ। ਗੁਰੂ ਸਾਹਿਬਾਨ ਨੇ ਆਪਣੇ ਗੁਰਬਾਣੀ ਦੇ ਵਿੱਚ ਇਸ ਪ੍ਰਤੀ ਕਾਫੀ ਵਿਚਾਰ ਵੀ ਦਿੱਤੇ ਹਨ। ਪਖਾਨ ਗੰਢ ਕੱਢ ਕੇ ਮੂਰਤ ਕੀਨੀ ਤਾਂ ਦੇ ਕੇ ਛਾਤੀ ਪਾਓ, ਜੇ ਇਹ ਮੂਰਤ ਸਾਚੀ ਹੈ ਤੋ ਗੜਨ ਹਾਰੇ ਖਾਓ। ਕਬੀਰ ਸਾਹਿਬ ਜੀ ਆਸਾ ਰਾਗ ਦੇ ਵਿੱਚ ਇਹ ਸਾਨੂੰ ਗੱਲ ਸਮਝਾਉਂਦੇ ਨੇ। ਇਸ ਵਾਸਤੇ ਇਹ ਮੂਰਤੀ ਪੂਜਾ ਦਾ ਜਿਹੜਾ ਵਿਧਾਨ ਹੈ ਇਹ ਗੁਰਮਤ ਨੇ ਬਿਲਕੁਲ ਹੀ ਪ੍ਰਵਾਨ ਨਹੀਂ ਕੀਤਾ। ਇਹ ਗੱਲ ਵੱਖਰੀ ਹੈ ਕਿ ਸਿੱਖ ਅੱਜ ਤਸਵੀਰ ਪੂਜਕ ਬਣ ਗਏ, ਔਰ ਅੱਜ ਕਈਆਂ ਨੇ ਤਾਂ ਘਰਾਂ ਦੇ ਵਿੱਚ ਮਿੱਟੀ ਦੀਆਂ ਮੂਰਤੀਆਂ ਲਿਆ ਕੇ ਵੀ ਰੱਖ ਲਈਆਂ, ਔਰ ਕੁਝ ਡੇਰਿਆਂ ਨੇ ਤਾਂ ਇਸ ਨੂੰ ਬਹੁਤ ਜ਼ਿਆਦਾ ਪ੍ਰਚਲਿਤ ਕੀਤਾ ਜਿਹੜਾ ਮੂਰਤੀ ਪੂਜਾ ਹੈ ਇਹ ਦੇਖਦੇ ਹਾਂ। ਪੂਜਾ ਸ਼ਬਦ ਦੇ ਅਰਥ ਜਿਹੜੇ ਇਹ ਵੈਸੇ ਆਦਰ ਸਨਮਾਨ ਜਾਂ ਸਤਿਕਾਰ ਕੀਤੇ ਜਾਂਦੇ ਹਨ। ਧਰਮ ਦੇ ਖੇਤਰ ਵਿੱਚ ਇਸ ਸ਼ਬਦ ਨੂੰ ਪਿਆਰ, ਸ਼ਰਧਾ, ਉਪਾਸ਼ਨਾ, ਆਰਾਧਨਾ, ਭਗਤੀ, ਬੰਦਗੀ ਦੇ ਲਈ ਵੀ ਵਰਤਿਆ ਜਾਂਦਾ ਹੈ। ਜਿਹੜੀ ਪੂਜਾ ਦੀ ਜਿਹੜੀ ਪ੍ਰਕਿਰਿਆ ਹੈ ਉਹ ਉਹਨਾਂ ਦੀ ਪਛਾਣ ਤਿੰਨ ਚੀਜ਼ਾਂ ਤੋਂ ਹੁੰਦੀ ਹੈ। ਉਹ ਹੈ ਪੂਜਨ ਦਾ ਕਰਮ, ਦੂਜਾ ਪੂਜਾ ਕਰਨ ਵਾਲਾ ਵਿਅਕਤੀ ਜਾਂ ਪੂਜਕ, ਤੇ ਤੀਜਾ ਪੂਜਾ ਕੀਤੀ ਜਾ ਰਹੀ ਹੋਂਦ ਦੀ ਹੋਂਦ ਜਾਂ ਪੂਜਨੀਏ ਚੀਜ਼ ਕੋਈ ਉਹਦੀ ਹੁੰਦੀ ਹੈ। ਹਿੰਦੂ, ਮੁਸਲਿਮ, ਯਹੂਦੀ, ਈਸਾਈ ਕਿਸੇ ਵੀ ਧਰਮ ਦੇ ਜਿਹੜੇ ਧਾਰਮੀ ਬੱਚਾ, ਬੁੱਢਾ ਆਦਮੀ ਇਹ ਕੋਈ ਵੀ ਪੂਜਕ ਹੋ ਸਕਦਾ ਹੈ, ਕੋਈ ਵੀ ਹੋ ਸਕਦਾ ਹੈ।
ਪੂਜਨੀਆਂ ਦੇ ਵਿੱਚ ਜਿਹਨਾਂ ਲੋਕਾਂ ਨੇ ਮੰਨ ਲਿਆ, ਉਹਨਾਂ ਨੇ ਹਵਾ ਨੂੰ ਵੀ ਪੂਜਿਆ, ਅੱਗ ਨੂੰ ਵੀ ਪੂਜਿਆ, ਪਾਣੀ ਨੇ ਪੂਜਿਆ, ਬੱਦਲਾਂ ਨੂੰ, ਦਰਖਤਾਂ ਨੂੰ, ਪੱਥਰਾਂ ਨੂੰ, ਪਹਾੜਾਂ ਨੂੰ, ਚੰਦਰਮਾ ਨੂੰ, ਸੂਰਜਾਂ ਨੂੰ, ਜੇ ਨਿਰਜੀਵ ਪਦਾਰਥ ਵੀ ਕੋਈ ਹੋ ਸਕਦੇ ਹਨ, ਕਈ ਦੇਵੀ ਦੇਵਤੇ, ਸ਼ੈਤਾਨ, ਕੋਈ ਧਰਮ ਰਾਜ, ਕੋਈ ਇਹੋ ਜਿਹੀਆਂ ਚੀਜ਼ਾਂ ਦੇ ਕਰਕੇ ਉਹਨਾਂ ਤੋਂ ਵੀ ਡਰ ਨਾਲ ਉਹਦੀ ਪੂਜਾ ਜਿਹੜੀ ਸੀ ਚੱਲਦੀ ਰਹੀ। ਪੂਜਾ ਦਾ ਕਾਰਜ ਜਿਹੜਾ ਹੈ ਇਹ ਕਈ ਰੂਪਾਂ ਦੇ ਵਿੱਚ ਹੀ ਚੱਲਦਾ ਰਿਹਾ। ਤੋ ਅਸਲ ਵਿੱਚ ਜਿਹੜੀ ਮੂਰਤੀ ਪੂਜਾ ਹੈ ਉਹ ਹੈ ਮਨੋਕਲਪਤ ਬੁੱਤ ਜਾਂ ਚਿੱਤਰ ਜਾਂ ਮੂਰਤੀ ਜਿਹੜੀ ਬਣਾ ਕੇ ਰੱਖੀ ਜਾਂਦੀ, ਜਿਹਨੂੰ ਆਪਣੇ ਸਾਹਮਣੇ ਰੱਖਿਆ ਜਾਂਦਾ ਹੈ, ਉਸ ਨੂੰ ਕੱਪੜੇ, ਭੋਜਨ, ਫਲ ਭੇਟ ਕੀਤੇ ਜਾਂਦੇ ਹਨ ਅਤੇ ਉਸ ਅੱਗੇ ਆਪਣੇ ਮਨ ਦੀ ਸ਼ਰਧਾ ਦਾ ਪਿਆਰ ਜਿਹੜਾ ਹੈ ਉਹ ਪ੍ਰਗਟਾਇਆ ਜਾਂਦਾ ਹੈ, ਦੱਸਿਆ ਜਾਂਦਾ ਹੈ। ਮੂਰਤੀ ਪੂਜਾ ਦੀ ਗੱਲ ਕਰ ਰਿਹਾ ਹਾਂ। ਮੂਰਤੀ ਪੂਜਾ ਦੀ ਜਾਂ ਪੂਜਾ ਦੀ ਰੀਤੀ ਭਾਰਤ ਦੇ ਵਿੱਚ ਜਨਮ ਲੈਣ ਵਾਲੇ ਬੁੱਧਿਜ਼ਮ, ਜੈਨ ਮਤ, ਜੈਨਿਜ਼ਮ, ਹਿੰਦੂਇਜ਼ਮ ਸਾਰੇ ਹੀ ਮਜ਼ਹਬਾਂ ਦੇ ਵਿੱਚ ਇਹ ਇੱਕ ਕਹਿਲਮਾਮੇ ਹਿੱਸਾ ਬਣ ਚੁੱਕੀ ਹੈ। ਜੇ ਜੈਨੀ ਲੋਕ ਮਹਾਂਵੀਰ ਦੀਆਂ ਤਸਵੀਰਾਂ ਦੀ ਪੂਜਾ ਕਰਦੇ ਹਨ ਤਾਂ ਬੁੱਧੀ ਮਹਾਤਮਾ ਬੁੱਧ ਦੇ ਤਸਵੀਰਾਂ ਦੀ ਪੂਜਾ ਕਰਦੇ ਹਨ, ਤੇ ਜਿਹੜੇ ਹਿੰਦੂ ਧਰਮ ਦੇ ਅੰਦਰ ਤਾਂ ਵਿਸ਼ਨੂੰ ਦੇਵਤਾ ਨੂੰ ਮੰਨਣ ਵਾਲੇ ਦੱਖਣੀ ਭਾਰਤ ਵਿੱਚ ਗੰਡਕੀ ਨਦੀ ਚੋਂ ਨਿਕਲੇ ਛੋਟੇ ਛੋਟੇ ਜਿਹੜੇ ਸਾਲਗ੍ਰਾਮ ਹਨ, ਪੱਥਰ, ਉਹਨਾਂ ਦੀ ਪੂਜਾ, ਉਹਨਾਂ ਦੇ ਅੱਗੇ ਆਪਣੇ ਮੱਥੇ ਟੇਕਦੇ ਹਨ, ਉਹਨਾਂ ਦੇ ਅੱਗੇ ਆਪਣਾ ਸਿਰ ਝੁਕਾਉਂਦੇ ਹਨ। ਕੋਈ ਸ਼ਿਵਜੀ ਦੇ ਪੁਜਾਰੀ ਹਨ, ਉਹਨਾਂ ਦੇ ਸੰਗ ਤਰਾਸ਼ ਕੇ ਉਹਨਾਂ ਦੇ ਪਕੜੇ ਹੋਏ ਇਹ ਜਿਹੜੇ ਮਨੁੱਖੀ ਗੁਪਤ ਅੰਗ ਹਨ, ਉਹਨਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ। ਤੋ ਇਹ ਧਾਰਮਿਕ ਭਾਵਨਾ ਨੂੰ ਉਹਨਾਂ ਦੀਆਂ ਨੂੰ ਜ਼ਾਹਰ ਕਰਦੇ ਹੋਣਗੇ। ਪੱਥਰਾਂ ਤੋਂ ਛੁੱਟ ਇਸ ਦੇਸ਼ ਦੇ ਵਿੱਚ ਸਰਸਵਤੀ, ਲਕਸ਼ਮੀ, ਕਾਲਕਾ, ਚੰਡੀ, ਭਵਾਨੀ, ਸ਼੍ਰੀ ਰਾਮ ਚੰਦਰ ਜੀ, ਕ੍ਰਿਸ਼ਨ ਜੀ, ਨਰਸਿੰਘ ਜੀ, ਇਹ ਅਵਤਾਰਾਂ ਦੀ ਪੂਜਾ ਵੀ ਜਿਹੜੀ ਕੀਤੀ ਜਾਂਦੀ ਹੈ, ਫਿਰ ਉਹਨਾਂ ਦੀਆਂ ਤਸਵੀਰਾਂ ਬਣਾ ਕੇ ਵੀ ਪੂਜਿਆ ਜਾਂਦਾ ਹੈ। ਇਹ ਕਹਿ ਸਕਦੇ ਹਾਂ ਕਿ ਭਾਰਤ ਵਰਸ਼ ਦੇ ਵਿੱਚ ਇਹ ਮੂਰਤੀ ਪ੍ਰਥਾ ਜਿਹੜੀ ਹੈ ਇਹ ਪੁਰਾਤਨ ਚੱਲੀ ਆ ਰਹੀ ਪ੍ਰਥਾ ਹੈ। ਗੁਰੂ ਸਾਹਿਬਾਨ ਨੇ ਜੀਵਨ ਕਾਲ ਵਿੱਚ ਮੂਰਤੀ ਪੂਜਾ ਦਾ ਬਹੁਤ ਜ਼ੋਰਦਾਰ ਅੱਖਰਾਂ ਦੇ ਵਿੱਚ ਵਿਰੋਧ ਕੀਤਾ। ਆਪਣੇ ਪੈਰੋਕਾਰਾਂ ਨੂੰ ਇਸ ਵਿਅਰਥ ਦੀ ਪੂਜਾ ਤੋਂ ਬਚਾਉਣ ਦਾ ਗੁਰੂ ਸਾਹਿਬ ਨੇ ਹਰ ਸੰਭਵ ਯਤਨ ਵੀ ਕੀਤਾ। ਇਹਦੇ ਨਾਲ ਹੀ ਉਹਨਾਂ ਨੇ ਕੇਵਲ ਵਾਹਿਗੁਰੂ ਦੀ ਯਾਦ, ਪਰਮਾਤਮਾ ਦੀ ਪ੍ਰੇਮਾ ਭਗਤੀ ਦਾ ਢੰਗ ਜਿਹੜਾ ਸੀ ਉਹ ਦੱਸਿਆ। ਉਹਨਾਂ ਦੇ ਅਨੁਸਾਰ, ਗੁਰੂ ਸਾਹਿਬਾਨ ਦੇ ਅਨੁਸਾਰ, ਜੇ ਲੋਕ ਨਾਮ ਸਿਮਰਨ ਦੀ ਕਿਰਿਆ ਨੂੰ ਤਿਆਗ ਕੇ ਕਿਸੇ ਹੋਰ ਰੂਪ ਵਿੱਚ ਕਰਤਾਰ ਦੀ ਬੰਦਗੀ ਕਰਦੇ ਹਨ ਤਾਂ ਉਹ ਭੁੱਲੇ ਹੋਏ ਜੀਵ ਹਨ, ਜਿਵੇਂ ਬਿਨ ਨਾਵੇਂ ਹੋਰ ਪੂਜ ਨਾ ਹੋਵੀ ਭਰਮ ਭੁੱਲੀ ਲੁਕਾਈ। ਗੁਰੂ ਅਮਰਦਾਸ ਮਹਾਰਾਜ ਦਾ ਰਾਮਪੀ ਰਾਗ ਦੇ ਵਿੱਚ ਇਹ ਸ਼ਬਦ ਆਉਂਦਾ ਹੈ। ਤੋ ਸਿੱਖ ਗੁਰੂ ਮੂਰਤੀ ਪੂਜਾ ਦੀ ਰੀਤੀ ਦੇ ਬਿਲਕੁਲ ਖਿਲਾਫ, ਸਿੱਖ ਗੁਰੂ ਸਾਹਿਬਾਨ ਜਿਹੜੇ ਸਨ ਇਹ ਮੂਰਤੀ ਪੂਜਾ ਦੀ ਰੀਤੀ ਦੇ ਬਿਲਕੁਲ ਖਿਲਾਫ ਸਨ। ਇਹਦਾ ਅਸੀਂ ਜੇ ਅੰਦਾਜ਼ਾ ਲਾਉਣਾ ਹੋਵੇ ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੇ ਸੋਈਏ 33 ਹਨ ਉਹਨਾਂ ਦੇ ਵਿੱਚੋਂ ਅਸੀਂ ਪੜ੍ਹਦੇ ਹਾਂ। ਇੱਕ ਸੋਈਆ ਜਿਹੜਾ ਸਰਾਵਕ ਸੁਧਾ ਵਾਲੇ ਸੋਈਏ ਹਨ ਉਹਨਾਂ ਦੇ ਵਿੱਚ ਵੀ ਅਸੀਂ ਪੜ੍ਹਦੇ ਹਾਂ, ਕੋ ਭੁਤਾਨ ਕੋ ਪੂਜਤ ਹੈ ਪਛ ਕੋ ਮ੍ਰਿਤਾਨ ਕੋ ਪੂਜਨ ਧਾਇਓ, ਕੂੜ ਕਿਰਿਆ ਔਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਉਹਦੇ 'ਚ ਵੀ ਅਸੀਂ ਪੜ੍ਹਦੇ ਹਾਂ। ਕਾਹੂ ਕੋ ਪੂਜਤ ਹੋ ਪਾਹਨ ਕੋ ਕਛ ਪਾਹਨ ਮੈਂ ਪਰਮੇਸ਼ਰ ਨਾਹੀ, ਇਹ ਗੱਲ ਵੀ 33 ਸੋਈਆਂ ਦੇ ਵਿੱਚ ਪੜ੍ਹੀ ਜਾਂਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਅਨੇਕਾਂ ਪ੍ਰਮਾਣ ਹਨ ਮੂਰਤੀ ਪੂਜਾ ਦੇ ਬਾਰੇ ਵਿੱਚ, ਜੇ ਜਿਹੜੇ ਗੁਰੂ ਸਾਹਿਬ ਜੀ ਨੇ ਬਾਰ ਬਾਰ ਸਾਨੂੰ ਇਹ ਗੱਲ ਕੀਤੀ। ਤੇ ਜਿਹੜੀ ਪਾਤੀ ਤੁਰੇ ਮਾਲਣੀ ਦੀ ਗੱਲ ਅਸੀਂ ਕਰਦੇ ਹਾਂ ਉਹਦੇ 'ਚ ਵੀ ਅਸੀਂ ਇਸ ਸ਼ਬਦ ਦੀ ਗੱਲ ਕਰਦੇ ਹਾਂ। ਤੋ ਗੁਰੂ ਜੀ ਨੇ ਮੂਰਤੀ ਪੂਜਕ ਨੂੰ ਅਸਲ ਵਿੱਚ ਪਸ਼ੂ ਜਿਹੀ ਬੁੱਧੀ ਰੱਖਣ ਵਾਲਾ ਵਿਅਕਤੀ ਦੱਸਿਆ ਹੈ, ਵੀ ਇਹ ਪੂਰੀ ਸਮਝ ਨਹੀਂ ਹੈ।
ਜਿਵੇਂ ਪਸ਼ੂ ਨੂੰ ਗਿਆਨ ਨਹੀਂ ਹੈ, ਇਸੇ ਤਰ੍ਹਾਂ ਮੂਰਤੀ ਪੂਜਨ ਜਿਹੜਾ ਵਿਅਕਤੀ ਉਹਨੂੰ ਵੀ ਗਿਆਨ ਨਹੀਂ ਹੈ। ਜੋ ਆਪਣੀ ਜਿੰਦ ਨਾਲ ਕਿਸੇ ਅਰਥਹੀਨ ਵਿਹਾਰ ਦੇ ਵਿੱਚ ਹੀ ਮਸਤ ਰਹਿੰਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਉਹਨੂੰ ਕਿਹਾ ਵੀ ਇਹਦੇ ਅੰਦਰ ਅਕਲ ਦੀ ਗੱਲ ਜਿਹੜੀ ਹੈ ਉਹ ਸਾਨੂੰ ਤਿਆਰ ਨਹੀਂ, ਅਕਲ ਦੀ ਕਮੀ ਹੈ, ਇਸ ਵਾਸਤੇ ਇਹ ਲੋਕ ਜਿਹੜੇ ਹਨ ਇਹ ਅਸਲ ਵਿੱਚ ਸਮੇਂ ਤੋਂ ਖਾਲੀ ਹਨ। ਭਾਵੇਂ ਅੱਜ ਦਾ ਸਿੱਖ ਅਸੀਂ ਦੇਖਦੇ ਹਾਂ ਕਿ ਗੁਰੂ ਦੀ ਸਿੱਖਿਆ ਤੋਂ ਪਰੇ ਜਾ ਕੇ ਬੇਖਬਰ ਹੋ ਕੇ ਬ੍ਰਾਹਮਣੀ ਪ੍ਰਭਾਵ ਦੇ ਅਧੀਨ ਮੂਰਤੀ ਪੂਜਾ ਨੂੰ ਪੂਰੀ ਤਰ੍ਹਾਂ ਅਪਣਾ ਚੁੱਕਾ ਹੈ। ਗੁਰੂ ਨਾਨਕ ਸਾਹਿਬ ਦੀ ਤਸਵੀਰ ਨੂੰ ਧੂਪ ਦੇ ਰਿਹਾ, ਗੁਰੂ ਗੋਬਿੰਦ ਸਿੰਘ ਦੇ ਚਿੱਤਰ ਅੱਗੇ ਦੀਵੇ ਬਾਲ ਰਿਹਾ। ਪਰ ਦੁੱਖ ਤਾਂ ਇਸ ਗੱਲ ਦਾ ਹੈ ਕਿ ਜਿਨ੍ਹਾਂ ਗੁਰੂ ਘਰਾਂ ਤੋਂ ਸਾਨੂੰ ਸਿੱਖੀ ਦੇ ਉਪਦੇਸ਼ ਮਿਲਣ ਦੀ ਆਸ ਸੀ, ਉੱਥਿਆਂ ਦੇ ਅੰਦਰ ਵੀ ਮੂਰਤੀ ਪੂਜਾ ਪ੍ਰਵੇਸ਼ ਹੋ ਚੁੱਕੀ ਹੈ, ਉੱਥੇ ਵੀ ਮੂਰਤੀ ਪੂਜਾ ਕੀਤੀ ਜਾਂਦੀ ਹੈ। ਇੱਥੇ ਤੱਕ ਵੀ ਦੇਖਣ ਵਿੱਚ ਆਇਆ ਹੈ ਕਿ ਕੁਝ ਤਖਤਾਂ ਦੇ ਮੁੱਖ ਦਰਵਾਜ਼ਿਆਂ ਦੇ ਨੇੜੇ ਵੀ ਇਹ ਮੂਰਤੀ ਪੂਜਾ ਦਾ ਜਿਹੜੀ ਵਾਦੀ ਹੈ ਇਹ ਪਹੁੰਚ ਚੁੱਕੀ ਹੈ। ਖਾਸ ਕਰਕੇ ਦੱਖਣ ਦਾ ਤਖਤ ਤੇ ਜਿਹੜਾ ਪਟਨਾ ਸਾਹਿਬ ਦਾ ਤਖਤ ਹੈ ਉੱਥੇ ਦੀ ਗੱਲ ਕਰ ਰਿਹਾ ਹਾਂ। ਤਸਵੀਰ ਦੇ ਸਾਹਮਣੇ ਫਿਰ ਆਰਤੀ ਜਗਾ ਕਰਨੀ, ਦੀਵੇ ਬਾਲ ਕੇ ਆਰਤੀਆਂ ਕਰਨੀਆਂ, ਇਹ ਗੁਰੂ ਸਾਹਿਬ ਦਾ ਮਾਣ ਨਹੀਂ ਸਗੋਂ ਮਜ਼ਾਕ ਹੈ ਜੋ ਗੁਰੂ ਸਾਹਿਬ ਦੇ ਨਾਲ ਕੀਤਾ ਜਾਂਦਾ ਹੈ। ਤੋ ਇਹ ਮੂਰਤੀ ਪੂਜਾ ਦਾ ਵਿਧਾਨ ਜਿਹੜਾ ਹੈ ਇਹ ਸਿੱਖ ਜਗਤ ਦੇ ਵਿੱਚ ਬਿਲਕੁਲ ਵੀ ਨਹੀਂ, ਔਰ ਅਸੀਂ ਬਿਲਕੁਲ ਇਹ ਭੁਲੇਖਾ ਖਾ ਜਾਂਦੇ ਹਾਂ। ਸਾਡੇ ਧਰਮ ਦੇ ਵਿੱਚ ਕੀ ਹੈ, ਨਾਮ ਦੀ ਸ੍ਰੇਸ਼ਟਾ ਜਿਹੜੀ ਹੈ ਵਾਹਿਗੁਰੂ ਦੀ ਯਾਦ ਦੀ ਸ੍ਰੇਸ਼ਟਾ ਹੈ, ਕਿਉਂਕਿ ਸਤਿਗੁਰੂ ਜੀ ਨੇ ਗੱਲ ਕੀਤੀ ਹੈ ਬਿਨ ਹਰ ਨਾਮ ਕੋ ਮੁਕਤ ਨਾ ਪਾਵਸ ਡੁਬ ਮੂਏ ਬਿਨ ਪਾਣੀ, ਕਿ ਵਾਹਿਗੁਰੂ ਦੀ ਯਾਦ ਤੋਂ ਬਿਨਾਂ ਕੋਈ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ, ਭਾਵੇਂ ਆਤਮ ਜਨਮ ਮਰਨ ਦਾ ਬੰਧਨ ਨਹੀਂ ਕੱਟਿਆ ਜਾਂਦਾ, ਇਹ ਐਵੇਂ ਹੈ ਜਿਵੇਂ ਪਾਣੀ ਤੋਂ ਬਿਨਾਂ ਡੁੱਬ ਕੇ ਮਰਨਾ, ਇਹ ਕਹਿੰਦਾ ਨਾ ਬਿਨਾਂ ਪਾਣੀ ਤੋਂ ਡੁੱਬ ਕੇ ਮਰ, ਉਹ ਕਹਾਵਤ ਜਿਹੜੀ ਵਰਤ ਜਾਂਦੀ ਹੈ। ਨਾਮ ਪੂਜਾ ਜਿਹੜੀ ਗੁਰੂ ਸਾਹਿਬ ਜੀ ਨੇ ਦੱਸੀ ਹੈ ਇਹਦਾ ਤਾਂ ਕੋਈ ਬਦਲ ਹੈ ਹੀ ਨਹੀਂ ਸਾਡੇ ਕੋਲ, ਨਾਮ ਨੂੰ ਤਿਆਗ ਕੋਈ ਹੋਰ ਰਾਹ, ਜੇ ਕੋਈ ਅਸੀਂ ਅੱਜ ਨਾਮ ਨੂੰ ਤਿਆਗ ਕੇ ਜੇ ਅਸੀਂ ਕੋਈ ਹੋਰ ਰਾਹ ਅਪਣਾ ਵੀ ਲੈਂਦੇ ਹਾਂ ਤਾਂ ਪਛਤਾਉਣਾ ਹੀ ਪੈਂਦਾ ਹੈ, ਕਿਉਂਕਿ ਨਾਮ ਵਿਸਾਰ ਚੱਲੇ ਅਨੁਮਾਰਗ ਅੰਤ ਕਾਲ ਪਛਤਾਹੀ, ਉਹ ਪਛਤਾਵਾ ਹੀ ਬਾਕੀ ਜਾਂਦਾ ਹੈ। ਤਾਂ ਸਤਿਗੁਰੂ ਜੀ ਨੇ ਕਿਹੜੇ ਮਾਰਗ ਹਨ ਜਿਨ੍ਹਾਂ ਤੋਂ ਸਾਨੂੰ ਰੋਕ ਦਿੱਤਾ ਸੀ, ਉਹ ਸੀ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਫੁੱਲ ਚੜਾਉਣੇ, ਅੱਗ ਨੂੰ ਦੇਵਤਾ ਮੰਨ ਕੇ ਉਹਦੇ ਵਿੱਚ ਘਿਓ ਚਾਵਲ ਆ ਕੇ ਸਾੜਨੇ, ਜਾਂ ਤੀਰਥਾਂ ਤੇ ਇਸ਼ਨਾਨ ਕਰਨੇ, ਨੰਗੇ ਸਰੀਰਾਂ ਤੇ ਨੰਗੇ ਸਰੀਰ ਤੀਰਥਾਂ ਦੇ ਨੇੜੇ ਤੇੜੇ ਚੱਕਰ ਕੱਢਣੇ, ਵਰਤ ਰੱਖ ਕੇ ਆਪਣੇ ਆਪ ਨੂੰ ਕਸ਼ਟ ਦੇਣਾ ਪਾਕੇ ਕੱਟਣੇ, ਯੋਗ ਅਭਿਆਸ ਕਰਨੇ, ਕੁਝ ਐਸੇ ਕਰਮ ਹਨ ਜੋ ਪ੍ਰਮਾਤਮਾ ਦੀ ਪ੍ਰਾਪਤੀ ਦੇ ਉਦੇਸ਼ ਦੇ ਨਾਲ ਦੂਜੇ ਲੋਕਾਂ ਵੱਲੋਂ ਕੀਤੇ ਜਾਂਦੇ ਹਨ। ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਇਹਨਾਂ ਕਰਮਾਂ ਤੋਂ ਬਿਲਕੁਲ ਰੋਕ ਦਿੱਤਾ, ਔਰ ਇਹਨਾਂ ਕਰਮਾਂ ਨੂੰ ਕਰਨ ਤੋਂ ਉੱਤੇ ਉਹਨਾਂ ਨੇ ਪੂਰੀ ਤਰ੍ਹਾਂ ਪਾਬੰਦੀ ਵੀ ਲਾਈ, ਤੇ ਸਤਿਗੁਰੂ ਜੀ ਨੇ ਗੱਲ ਕਿਆ ਕਹੀ, ਨਾਮ ਵਿਸਾਰ ਚੱਲੇ ਅਨਮਾਰਗ ਨਰਕ ਘੋਰ ਮੈਂ ਪਾਹੇ, ਅਣਖ ਸਜਾਈ ਗੰਤ ਨਾ ਆਵੇ ਗਰਭ ਹੈ ਗਰਭ ਪਰਮਾਹਿ। ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਚਾਰ ਹੈ। ਸੋਧਤ ਸੋਧਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ ਕਉ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਬਿਧ ਊਰੀ। ਬਾਕੀ ਸਭ ਝੂਠਾ ਹੈ, ਇੱਕ ਵਾਹਿਗੁਰੂ ਦਾ ਨਾਮ ਹੀ ਸਭ ਤੋਂ ਉੱਚੀ ਚੀਜ਼ ਹੈ। ਇਸੇ ਵਾਸਤੇ ਕਰਤਾਰ ਦੀ ਅਕਾਲ ਪੁਰਖ ਦੀ ਪੂਜਾ ਦਾ ਤਤ ਸਿਰਫ ਵਾਹਿਗੁਰੂ ਦੀ ਯਾਦ ਹੈ, ਉਸ ਦੀ ਯਾਦ ਤੋਂ ਬਿਨਾਂ ਪੂਜਾ ਦਾ ਕੋਈ ਅਰਥ ਬਾਕੀ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਕੀਤੀ ਸੀ, ਪੂਜਾ ਕੀਚੇ ਨਾਮ ਧਿਆਈਏ ਬਿਨ ਨਾਵੇਂ ਪੂਜ ਨਾ ਹੋਏ, ਪੂਜਾ ਕੀਚੇ ਨਾਮ ਧਿਆਈਏ, ਨਾਮ ਧਿਆਉਣਾ ਹੀ ਪੂਜਾ ਹੈ, ਅਸਲੀ ਪੂਜਾ ਹੈ, ਅਸਲੀ ਬੰਦਗੀ ਹੈ।
ਵੀ ਨਾਵੇਂ ਹੋਰ ਪੂਜਣਾ ਹੋਵੇ ਭਰਮ ਭੁੱਲੀ ਲੁਕਾਈ ਹੈ, ਇਹ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਬਚਨ ਹੈ। ਤੋ ਇਸ ਵਾਸਤੇ ਇਹ ਮੂਰਤੀ ਪੂਜਾ ਦਾ ਕੋਈ ਵਿਧਾਨ ਜਿਹੜਾ ਹੈ ਉਹ ਨਹੀਂ ਹੈ। ਬਸ ਸਾਡੇ ਅੰਦਰ ਵਾਹਿਗੁਰੂ ਦੀ ਯਾਦ, ਉਸ ਦੀ ਪਿਆਰ ਭਰੀ ਯਾਦ, ਉਹਦੀ ਸਿਫਤ ਸਲਾਹ, ਉਹਦਾ ਸ਼ੁਕਰ, ਉਹਦਾ ਅਰਦਾਸ, ਉਹਦੇ ਵਿੱਚ ਜੁੜੇ ਰਹਿਣਾ, ਉਸ ਪਰਮ ਪਿਆਰ ਦੇ ਇਹ ਗੋਦੀ ਵਿੱਚ ਬੈਠੇ ਰਹਿਣਾ, ਇਹੋ ਹੀ ਸਾਡੇ ਲਈ ਅਸਲ ਵਿੱਚ ਅਰਦਾਸ, ਇਹੋ ਹੀ ਸਾਡੇ ਲਈ ਪੂਜਾ ਹੈ। ਤੋ ਇਸ ਤੋਂ ਅਗਲਾ ਸ਼ਬਦ ਆਪਾਂ ਚੱਲਦੇ ਹਾਂ, ਇਹ ਸ਼ਬਦ ਹੈ ਮੂਲ। ਗੁਰਬਾਣੀ ਦੇ ਵਿੱਚ ਵਿਅਕਤੀ ਨੂੰ ਉਸਦੇ ਮੂਲ ਦੇ ਨਾਲ ਜੁੜਨ ਦੇ ਲਈ ਪ੍ਰੇਰਿਆ ਗਿਆ ਹੈ। ਇਨਸਾਨ ਨੂੰ ਆਪਣੇ ਮੂਲ ਨਾਲ ਜੁੜਨ ਦੀ ਗੱਲ ਕੀਤੀ ਗਈ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਗੁਰੂ ਸਾਹਿਬ ਨੇ ਬਾਰ 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 ਇਸ ਗੱਲ ਦੀ ਸਾਨੂੰ ਯਾਦ ਵੀ ਕਰਾਇਆ ਹੈ। ਇਹ ਡਿਵਾਈਨ ਸੋਰਸ ਹੈ ਜਿਹਦਾ ਗੁਰੂ ਸਾਹਿਬ ਸਾਨੂੰ ਯਾਦ ਕਰਾਉਂਦੇ ਨੇ। ਸਮਾਜ ਵਿੱਚ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਯਾਦ ਰੱਖਣ ਦੀ ਪਰੰਪਰਾ ਨਹੀਂ ਹੈ ਸਮਾਜ ਦੇ ਵਿੱਚ, ਜਿਸ ਤਰ੍ਹਾਂ ਆਪਣੇ ਮੂਲ ਨੂੰ ਯਾਦ ਕਰਨ ਦੀ ਪਰੰਪਰਾ ਗੁਰੂ ਸਾਹਿਬ ਨੇ ਸਾਨੂੰ ਕਹੀ ਹੈ। ਦੇਖੋ ਅਸੀਂ ਦੇਖਦੇ ਹਾਂ ਇਹ ਜਦ ਸਮਾਜ ਵਿੱਚ ਵਿਚਰਦੇ ਹੋਏ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਨੂੰ ਇਹ ਗੱਲ ਦੀ ਸਮਝ ਆ ਜਾਂਦੀ ਹੈ ਕਿ ਸਾਡਾ ਮੂਲ ਕੀ ਹੈ। ਮੂਲ ਸਾਡਾ ਨਾਸ਼ਵਾਨ ਸੰਸਾਰ ਨਹੀਂ ਹੈ, ਸਾਡਾ ਮੂਲ ਪਰਮ ਪਿਤਾ ਪਰਮੇਸ਼ਰ ਹੈ। ਤੋ ਅਸਲ 'ਚ ਸਾਨੂੰ ਉਸ ਪਰਮ ਪਿਤਾ ਪਰਮੇਸ਼ਰ ਦੀ ਬੰਦਗੀ ਦੀ ਗੱਲ ਕੀਤੀ ਗਈ ਹੈ। ਗੁਰੂ ਅਮਰਦਾਸ ਜੀ ਨੇ ਫਿਰ ਇਹੀ ਹਦਾਇਤ ਕੀਤੀ ਹੈ ਕਿ ਵਿਅਕਤੀ ਪਰਮਾਤਮਾ ਦੀ ਜੋਤ ਦਾ ਇੱਕ ਅੰਸ਼ ਹੈ। ਜੇ ਉਹ ਇਸ ਨੂੰ ਸੱਚ ਚੰਗੀ ਤਰ੍ਹਾਂ ਸਮਝ ਲਵੇ ਕਿ ਮੈਂ ਉਹਦਾ ਇੱਕ ਅੰਸ਼ ਹਾਂ, ਉਹਨੂੰ ਜੀਵਨ ਮਨੋਰਥ ਦੀ ਸੋਝ ਵੀ ਸਹਿਜ ਹੀ ਆ ਜਾਂਦੀ ਹੈ। ਉਹ ਹੀ ਫਿਰ ਪਰਮਾਤਮਾ ਦਾ ਸਿਮਰਨ ਕਰੇਗਾ, ਫਿਰ ਉਹ ਮਾਇਆ ਦੀ ਭਟਕਣਾ ਦੇ ਪਿੱਛੇ ਆਪਣੇ ਆਪ ਦੀ ਜ਼ਿੰਦਗੀ ਬਰਬਾਦ ਨਹੀਂ ਕਰੇਗਾ। ਜਿਹੜੀ ਜੀ ਮੈਂ ਪਹਿਲਾਂ ਬੇਨਤੀ ਕੀਤੀ ਆਸਾ ਰਾਗ ਦਾ ਸ਼ਬਦ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਨ, ਮੂਲ ਪਛਾਣੇ ਤਾਂ ਸ਼ੋ ਜਾਣੇ, ਮਰਨ ਜੀਵਨ ਕੀ ਸੋਝੀ ਹੋਈ, ਗੁਰਪ੍ਰਸਾਦੀ ਇੱਕੋ ਜਾਣੇ ਤਾਂ ਦੂਜਾ ਭਾਵ ਨਾ ਹੋਈ, ਮਨ ਸ਼ਾਂਤ ਆਈ ਵਜੀ ਵਧਾਈ ਤਾਂ ਹੋਆ ਪ੍ਰਵਾਨ, ਇਉਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਮੂਲ ਦੀ ਗੱਲ ਹੈ, ਮੂਲ ਹੈ। ਤਾਂ ਸਾਡਾ ਮੂਲ ਪਰਮ ਪਿਤਾ ਪਰਮੇਸ਼ਰ ਹੈ ਜਿਹੜਾ ਅਸੀਂ ਉਹਦੀ ਯਾਦ ਵਿੱਚ ਜੁੜਨਾ ਹੈ। ਅਗਲਾ ਸ਼ਬਦ ਅਸੀਂ ਲੈ ਰਹੇ ਹਾਂ ਮੋਹਨ। ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤਰ ਦਾ ਬਾਬਾ ਮੋਹਨ ਜੀ ਹੋਏ ਹਨ, ਜਿਹਦਾ ਜਨਮ 1536 ਦੇ ਵਿੱਚ ਹੋਇਆ ਦੱਸਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸ਼ੁਰੂ ਤੋਂ ਹੀ ਪ੍ਰਾਮ ਬਿਰਤੀ ਦੇ ਸਨ, ਬਹੁਤਾ ਜੀਵਨ ਦਾ ਹਿੱਸਾ ਇਹਨਾਂ ਨੇ ਗੋਇੰਦਵਾਲ ਵਿੱਚ ਬਿਤਾਇਆ। ਪਰ ਇੱਕ ਗੱਲ ਜਿਹੜੀ ਕਹੀ ਜਾਂਦੀ ਹੈ ਕਿ ਇਹਨਾਂ ਕੋਲ ਗੁਰਬਾਣੀ ਦੀਆਂ ਪੋਥੀਆਂ ਸਨ। ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਲਿਖਾਉਣਾ ਸੀ ਤਾਂ ਪੋਥੀਆਂ ਲੈਣ ਲਈ ਖੁਦ ਗਏ ਤੇ ਉੱਥੇ ਜਾ ਕੇ ਸ਼ਬਦ ਉਚਾਰਨ ਕਰ ਦਿੱਤਾ। ਇਹ ਬਿਲਕੁਲ ਹੀ ਨਿਰਮੋਲ ਜੀ ਗੱਲ ਲੱਗਦੀ ਹੈ। ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ, ਮੋਹਨ ਤੂੰ ਮਾਨੇ ਏਕ ਜੀ ਅਵਰ ਸਭ ਰਾਲੀ, ਇਹੋ ਜਿਹਾ ਸ਼ਬਦ ਗੁਰੂ ਸਾਹਿਬ ਨੇ ਜਾ ਕੇ ਉਚਾਰਨ ਕੀਤੇ ਤੇ ਕਹੇ ਜਾਂਦੇ ਹਨ। ਜਦਕਿ ਮੋਹਨ ਸ਼ਬਦ ਗੁਰਬਾਣੀ ਵਿੱਚ ਬਹੁਤ ਵਾਰੀ ਆਇਆ ਹੈ। ਮੋਹਨ ਮੋਹ ਲਿਆ ਮਨ ਮੇਰਾ, ਇਹ ਵੀ ਸ਼ਬਦ ਗੁਰਬਾਣੀ ਵਿੱਚ ਆਇਆ ਹੈ। ਮੋਹਨ ਘਰ ਆਉਂ ਕਰੂੰ ਜੁਦਰੀਆ, ਇਹ ਵੀ ਸ਼ਬਦ ਗੁਰਬਾਣੀ ਵਿੱਚ ਆਇਆ ਹੈ। ਤੋ ਮੋਹਨ ਸ਼ਬਦ ਪਰਮ ਪਿਤਾ ਪਰਮੇਸ਼ਰ ਦੇ ਲਈ ਇਸਤੇਮਾਲ ਕੀਤਾ ਗਿਆ, ਨਾ ਕਿ ਕਿਸੇ ਵਿਅਕਤੀ ਲਈ ਕੀਤਾ ਗਿਆ। ਸਤਿਗੁਰੂ ਜੀ ਦੀ ਬਾਣੀ ਸਤ ਸਤਿਕਾਰ ਜਾਣ ਸਾਨੂੰ ਮੰਨਣੀ ਚਾਹੀਦੀ ਹੈ, ਕਿਉਂਕਿ ਸਤਿਗੁਰੂ ਕੀ ਬਾਣੀ ਸਤ ਸਤਿਕਾਰ ਜਾਣੋ ਗੁਰਸਿੱਖੋ ਔਰ ਕਰਤਾ ਆਪ ਮੋਹ ਖਡਾਇਆ।
ਇਸ ਬਾਣੀ ਦੇ ਅੰਦਰ ਕਿਸੇ ਵੀ ਵਿਅਕਤੀ ਦੀ ਇਸ ਤਰ੍ਹਾਂ ਉਸਤਤ ਨਹੀਂ ਕੀਤੀ ਗਈ ਜਿਸ ਤਰ੍ਹਾਂ ਇਹ ਸਾਖੀਕਾਰਾਂ ਨੇ ਇਹ ਗੱਲ ਆਖੀ। ਬਸ ਇੰਨੀ ਗੱਲ ਸਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਮੋਹਨ ਜੀ ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤਰ ਸਨ। ਇਹ ਜ਼ਿਆਦਾ ਸਮਾਂ ਇਹਨਾਂ ਨੇ ਗੋਇੰਦਵਾਲ ਵਿਖੇ ਬਿਤਾਇਆ। ਇਹ ਉਦਾਸੀ ਬਿਰਤੀ ਦੇ ਮਾਲਕ ਸਨ। ਇਹ ਸੋਚ ਇਹਨਾਂ ਦੀ ਉਦਾਸੀ ਜਿਹੀ ਸੀ ਇਸ ਕਰਕੇ ਇਹਨਾਂ ਦਾ ਨਾਮ ਮੋਹਨ ਪਿਆ। ਦੂਜਾ ਲਫ਼ਜ਼ ਹੈ ਮੋਹਰੀ, ਉਹ ਵੀ ਉਹਨਾਂ ਦੇ ਪੁੱਤਰ ਗੁਰੂ ਅਮਰਦਾਸ ਜੀ ਦੇ ਛੋਟੇ ਪੁੱਤਰ ਦਾ ਨਾਂ ਸੀ ਜਿਹਨਾਂ ਦਾ ਜਨਮ 1539 ਈਸਵੀ ਦੇ ਵਿੱਚ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਗੁਰੂ ਅਮਰਦਾਸ ਜੀ ਨੇ ਆਪਣੇ ਜਦੋਂ ਸੇਵਕ ਜੇਠਾ ਜੀ ਨੂੰ 1574 ਵਿੱਚ ਗੁਰਿਆਈ ਸੌਂਪ ਦਿੱਤੀ ਤਾਂ ਮੋਹਰੀ ਜੀ ਨੇ ਪਿਤਾ ਦੀ ਆਗਿਆ ਅਨੁਸਾਰ ਪਹਿਲਾਂ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰ ਦਿੱਤੀ। ਮੋਹਰੀ ਪੁੱਤਰ ਸਨਮੁਖ ਹੋਆ, ਜਦੋਂ ਅਸੀਂ ਪੜ੍ਹਦੇ ਹਾਂ ਰਾਮਦਾਸ ਦੇ ਪੈਰੀਂ ਪਾਏ ਜੀ ਵੀ ਰਾਮਦਾਸ ਜੀ ਦੇ ਪੈਰੇ ਪੈ ਜਾਣਾ ਭਾਵ ਨਮਸਕਾਰ ਕਰਨੀ। ਜਦੋਂ ਅਸੀਂ ਇਹ ਸ਼ਬਦ ਵੀ ਪੜ੍ਹਦੇ ਹਾਂ ਸਤਬਾਣੀ ਦੇ ਵਿੱਚ ਰਾਮਕੀ ਰਾਗ ਵਿੱਚ ਲਿਖੀ ਬਾਬਾ ਸੁੰਦਰ ਜੀ ਦੀ ਬਾਣੀ, ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਲ ਰਹੀ ਰਜਾਇ ਜੀਓ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੇ ਪੈਰੀ ਭਾਵ ਪਾਏ ਜੀਓ। ਤੋ ਇਹ ਸ਼ਬਦ ਜਿਹੜਾ ਹੈ ਉਹਨਾਂ ਦੇ, ਬਸ ਇੰਨਾ ਕੀ ਦਾ ਆਪਾਂ ਨੂੰ ਜਾਣਨ ਦੀ ਲੋੜ ਹੈ, ਜ਼ਿਆਦਾ ਇਸ ਤੋਂ ਜ਼ਿਆਦਾ ਹੋਰ ਅੱਗੇ ਜਾਣਨ ਦੀ ਲੋੜ ਵੀ ਨਹੀਂ ਹੈ। ਇੱਕ ਸ਼ਬਦ ਹੈ ਮੰਗਲ। ਮੰਗਲ ਸ਼ਬਦ ਖੁਸ਼ੀ ਦਾ ਵਾਚਕ ਹੈ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਥਾਵਾਂ ਦੇ ਉੱਤੇ ਵਰਤਿਆ ਗਿਆ ਹੈ, ਅਨੇਕਾਂ ਅਰਥਾਂ ਵਿੱਚ ਵੀ ਆਇਆ ਹੈ। ਇਹਦੇ ਅਰਥ ਵੀ ਅਨੇਕਾਂ ਹੀ ਹਨ। ਆਨੰਦ, ਖੁਸ਼ੀ, ਮੰਗਲ, ਸੁਖ, ਕਲਿਆਣ, ਇਹ ਪ੍ਰਭਾਤੀ ਰਾਗ ਵਿੱਚ। ਫਿਰ ਮੰਗਲ ਇੱਕ ਉਤਸਵ ਲਈ ਵੀ ਆਇਆ, ਜਿਵੇਂ ਮੰਗਲ ਸਾਜ ਪਿਆ ਪ੍ਰਭ ਆਪਣਾ ਗਾਇਆ ਰਾਮ, ਬਿਲਾਵਲ ਰਾਗ ਦੇ ਵਿੱਚ ਆਇਆ। ਫਿਰ ਮੰਗਲ ਖੁਸ਼ ਨਸੀਬੀ ਲਈ ਵੀ ਆਇਆ ਹੈ। ਮੰਗਲ ਕਿਸੇ ਮੁੱਢ ਗ੍ਰੰਥ ਦੇ ਸ਼ੁਰੂ ਦੇ ਵਿੱਚ ਨਿਰਵਿਘਨ ਸਮਾਪਤੀ ਕਰਨ ਲਈ ਕੀਤੀ ਹੋਈ ਅਰਾਧਨਾ, ਜਿਹਨੂੰ ਅਸੀਂ ਮੰਗਲਾਚਰਨ ਕਹਿ ਦਿੰਦੇ ਹਾਂ, ਉਸ ਰੂਪ ਦੇ ਵਿੱਚ ਵੀ ਮੰਗਲ ਦੱਗਿਆ ਜਾਂਦਾ ਹੈ। ਵਿਦਵਾਨਾਂ ਨੇ ਮੰਗਲਾਚਰਨ ਦੇ ਤਿੰਨ ਭੇਦ ਮੰਨੇ ਹਨ, ਵਸਤੂ ਨਿਰਦੇਸ਼ਾਤਮਕ, ਗ੍ਰੰਥ ਵਿੱਚ ਜਿਸ ਦਾ ਵਰਣਨ ਕਰਨਾ ਹੈ ਉਸਦੇ ਗੁਣ ਤੇ ਮਹਿਮਾ ਦਾ ਬੋਧ ਕਰਾਉਣ ਵਾਲਾ ਮੰਗਲ। ਫਿਰ ਜਿਵੇਂ ਇੱਕ ਓਅੰਕਾਰ ਤੋਂ ਲੈ ਕੇ ਅਸੀਂ ਗੁਰਪ੍ਰਸਾਦ ਤੱਕ ਪੜ੍ਹਦੇ ਹਾਂ, ਇਹ ਵਸਤੂ ਨਿਰਦੇਸ਼ਾਤਮਕ ਗ੍ਰੰਥ ਇਹਦਾ ਵਰਣਨ ਜਿਹੜਾ ਅੱਗੇ ਕਰਨਾ, ਇਹ ਉਹਦਾ ਜਿਹੜਾ ਰੂਪ ਰੇਖਾ ਖਿੱਚ ਕੇ ਨਕਸ਼ਾ ਖਿੱਚ ਕੇ ਪਹਿਲਾਂ ਹੀ ਰੱਖ ਦੇਣੀ ਵੀ ਸਾਡੇ ਇਸ ਗ੍ਰੰਥ ਦਾ ਜੋ ਮੂਲ ਹੈ ਉਹ ਹੈ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਫਿਰ ਅਸ਼ੀਰਵਾਦਮਕ ਦੇ ਵੀ ਗੱਲ ਕੀਤੀ ਜਾਂਦੀ ਹੈ, ਜਿਸ ਤੋਂ ਕਲਿਆਣ ਦੀ ਕਾਮਨਾ ਕੀਤੀ ਜਾਵੇ, ਜਿਵੇਂ ਅਸੀਂ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਇਹ ਇਸ ਰੂਪ ਦੇ ਵਿੱਚ ਵੀ ਆਇਆ, ਅਸ਼ੀਰਵਾਦ ਦੇ ਵਿੱਚ ਹੈ ਫਤਿਹ ਸਾਡੀ, ਉਸ ਵਾਹਿਗੁਰੂ ਦੀ ਅਸ਼ੀਰਵਾਦ ਦੇ ਰੂਪ ਵਿੱਚ ਸਾਨੂੰ ਆ ਗਈ। ਫਿਰ ਨਮਸਕਾਰਾਤਮਕ ਦੇ ਵਿੱਚ ਵੀ ਆਇਆ, ਜਿਹਨੂੰ ਪ੍ਰਣਾਮ ਕੀਤਾ ਜਾਵੇ, ਨਮਸਕਾਰ ਗੁਰਦੇਵ ਕੋ ਆਦਿ, ਇਹ ਸ਼ਬਦ ਇਸ ਤਰ੍ਹਾਂ ਵੀ ਆਇਆ। ਤੋ ਗੁਰੂ ਰਾਮਦਾਸ ਜੀ ਨੇ ਬਿਲਾਵਲ ਰਾਗ ਵਿੱਚ ਰਚੇ ਦੋ ਸ਼ਬਦਾਂ ਉੱਪਰ ਮੰਗਲ ਸਿਰਲੇਖ ਦਿੱਤਾ ਹੈ। ਇਹਨਾਂ ਸ਼ਬਦਾਂ ਨਾਲ ਪ੍ਰਭੂ ਨਾਲ ਵਿਯੋਗ ਅਵਸਥਾ ਦਾ ਨਿਰੂਪਣ ਜਿਹੜਾ ਹੈ ਉਹ ਕੀਤਾ ਗਿਆ ਹੈ। ਮੇਰਾ ਹਰ ਪ੍ਰਭ ਸੇਜੇ ਆਇਆ, ਮਨ ਸੁਖ ਸਮਾਣਾ ਰਾਮ, ਗੁਰ ਤੁੱਠੇ ਹਰ ਪ੍ਰਭ ਪਾਇਆ, ਰੰਗ ਰਲੀਆਂ ਮਾਣਾ ਰਾਮ, ਵਡਭਾਗੀਆਂ ਸੁਹਾਗਣੀ ਹਰ ਮਸਤਕ ਮਾਣਾ ਰਾਮ, ਹਰ ਪ੍ਰਭ ਹਰ ਸੁਹਾਗ ਹੈ, ਨਾਨਕ ਮਨ ਭਾਣਾ ਰਾਮ। ਸ਼ੰਤ ਹੈ ਬਿਲਾਵਲ ਰਾਗ ਦਾ,
ਗੁਰੂ ਰਾਮਦਾਸ ਸੱਚੇ ਪਾਤਸ਼ਾਹ 1848 ਅੰਕ ਦੇ ਉੱਤੇ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਨੇ ਇਹ ਪੰਜ ਸੰਤਾਂ ਦੇ ਵਿੱਚ ਮੰਗਲ ਗੀਤ ਜਿਹੜੇ ਹਨ ਉਹਨਾਂ ਦਾ ਇਹ ਰਚਨਾ ਕੀਤੀ ਹੈ, ਜਿਹੜਾ ਬਿਲਾਵਲ ਰਾਗ ਵਿੱਚ 847 ਅੰਕ ਤੇ ਹੈ। ਸਖੀ ਆਓ ਸਖੀ ਬਸ ਆਓ ਸਖੀ, ਅਸੀਂ ਪਿਰਕਾ ਮੰਗਲ ਗਾਵੋ, ਅਸੀਂ ਪਿਰਕਾ ਮੰਗਲ ਗਾਵੇ। ਤਜ ਮਾਨ ਸਖੀ ਤਜ ਮਾਨ ਸਖੀ, ਮਤ ਆਪਣੇ ਪ੍ਰੀਤਮ ਭਾਵੈ, ਤਜ ਮਾਨ ਮੋਹ ਵਿਕਾਰ ਦੂਜਾ, ਸੇਵ ਇੱਕ ਨਿਰੰਜਨੋ, ਲਗ ਚਰਨ ਸ਼ਰਨ ਦਿਆਲ ਪ੍ਰੀਤਮ, ਸਗਲ ਦੁਰੰਤ ਦੁਰਤ ਵਿਖੰਡਨੋ, ਹੋਏ ਦਾਸ ਦਾਸੀ ਤਜ ਉਦਾਸੀ, ਬਹੁੜ ਬਿਧੀ ਨਾ ਧਾਵਾਂ, ਨਾਨਕ ਪੇ ਅੰਪੇ ਕਰੋ ਕਿਰਪਾ, ਤਾਮ ਮੰਗਲ ਗਾਵ। ਤੋ ਇੱਥੇ ਇਹ ਮੰਗਲ ਦੀ ਇਸ ਢੰਗ ਦੇ ਨਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲੈਣ ਤੋਂ ਪਹਿਲਾਂ ਵੀ ਕੁਝ ਸ਼ਬਦਾਂ ਦਾ ਗਾਇਨ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਵਿੱਚ ਪ੍ਰਮਾਤਮਾ ਦੀ ਮਹਿਮਾ, ਉਦੇਸ਼ ਜਾਂ ਬੇਨਤੀ ਦੇ ਸ਼ਬਦ ਜਿਹੜੇ ਹਨ ਉਹਨਾਂ ਦਾ ਦੇਖ ਉਹਨਾਂ ਨੂੰ ਵੀ ਮੰਗਲ ਕਹਿ ਦਿੱਤਾ ਜਾਂਦਾ ਹੈ। ਜਿਵੇਂ ਅਸੀਂ ਕਹਿੰਦੇ ਹਾਂ, ਸੋ ਕਹੋ ਟਲ ਗੁਰੂ ਸੇਵੀਏ, ਐਹਨ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕਹਿ, ਜਨਮ ਮਰਨ ਦੁਖ ਜਾਏ, ਅਸੀਂ ਇਹ ਗੱਲ ਵੀ ਕਹਿ ਦਿੰਦੇ ਹਾਂ। ਤੋ ਇਹ ਜਿਹੜੇ ਇਹ ਮੰਗਲ ਹਨ ਇਹ ਗਾਏ ਗਏ। ਤੋ ਮੰਗਲ ਸ਼ਬਦ ਤਿੰਨ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸਤੇਮਾਲ ਹੋਇਆ ਹੈ। ਇਸ ਤੋਂ ਅਗਲੇ ਸ਼ਬਦ ਨੂੰ ਅਸੀਂ ਵਿਚਾਰ ਕਰਦੇ ਹਾਂ। ਅਗਲਾ ਸ਼ਬਦ ਸਾਡੇ ਕੋਲ ਹੁਣ ਅੱਖਰ ਬਦਲ ਜਾਏਗਾ। ਇਸ ਤੋਂ ਪਹਿਲਾਂ ਕਿ ਯਈ ਅੱਖਰ ਤੱਕ ਪਹੁੰਚੀਏ, ਅਸੀਂ ਯਈ ਅੱਖਰ ਦੇ ਥੋੜ੍ਹੇ ਜਿਹੇ ਵਿਚਾਰ ਜਿਹੜੀ ਹੈ ਉਹ ਕਰਾਂਗੇ। ਇੱਕ ਯਾਦਵ ਲਫ਼ਜ਼ ਆਇਆ ਜੀਏ ਦੇ ਨਾਲ, ਜੱਜੇ ਨਾਲ ਯਾਦਵ ਆਇਆ ਤੇ ਜੀਏ ਨਾਲ ਯਾਦਵ ਆਇਆ। ਚੰਦਰਵੰਸ਼ੀ ਜਦ ਰਾਜੇ ਦੀ ਔਲਾਦ ਯਾਦਵ ਕਹਾਉਂਦੀ ਹੈ। ਕਿਸ਼ਨ ਜੀ ਇੱਥੇ ਯਾਦਵ ਵੰਸ਼ ਵਿੱਚੋਂ ਹੀ ਸਨ। ਪਹਿਲਾਂ ਇਹਨਾਂ ਦੀ ਰਾਜਧਾਨੀ ਮਥੁਰਾ ਸੀ ਤੇ ਫਿਰ ਦੁਆਰਕਾ ਤੱਕ ਇਹਨਾਂ ਦਾ ਬੋਲਬਾਲਾ ਰਿਹਾ। ਦੁਰਵਾਸਾ ਰਿਸ਼ੀ ਦੇ ਸਰਾਪ ਕਾਰਨ ਤੇ ਫੁੱਟ ਕਰਕੇ ਇਹ ਵੰਸ਼ ਦਾ ਨਾਸ਼ ਹੋ ਗਿਆ। ਨਾਮਦੇਵ ਜੀ ਨੇ ਇਹਦਾ ਜ਼ਿਕਰ ਕੀਤਾ ਹੈ, ਭਗਤ ਨਾਮਦੇਵ ਜੀ ਨੇ, ਦੁਰਵਾਸਾ ਸਿਉਂ ਕਰਤ ਠਕੋਰੀ ਯਾਦਵ ਇਹ ਫਲ ਪਾਏ, ਵੀ ਉਹਨਾਂ ਦਾ ਜਿਹੜਾ ਦੁਰਵਾਸਾ ਦੇ ਨਾਲ ਠੱਗੀ ਮਾਰਨ ਕਰਕੇ ਇਹ ਫਲ ਜਿਹੜਾ ਸੀ ਮਿਲਿਆ। ਧਨਾਸੀ ਰਾਗ 'ਚ ਭਗਤ ਨਾਮਦੇਵ ਜੀ ਇਸ ਤਰ੍ਹਾਂ ਦਾ ਵਰਣਨ ਕਰਦੇ ਹਨ। ਤੋ ਇੱਕ ਕੁਲ ਹੈ, ਇੱਕ ਜਾਤੀ ਹੈ ਯਾਦਵ, ਜਿਹਨਾਂ ਦਾ ਜ਼ਿਕਰ ਜਿਹੜਾ ਮਿਲਦਾ ਹੈ। ਜਾਨਣੀ ਇੱਕ ਘਰ ਗਾਵਨਾ, ਇਹ ਸਿਰਲੇਖ ਮਿਲਦਾ ਹੈ ਸਾਡਾ ਤਲੰਗ ਰਾਗ ਦੇ ਵਿੱਚ। ਇੱਕ ਸ਼ਬਦ ਸ਼ੁਰੂ ਹੁੰਦਾ ਹੈ ਜਿਹਦੇ ਵਿੱਚ ਇਆਨੜੀਏ ਇਆਨੜੀਏ ਮਾਨੜਾ ਕਾਹੇ ਕਰੇ, ਇਹ ਸ਼ਬਦ 721 ਤੇ 722 ਅੰਕ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੁਰੂ ਹੁੰਦਾ ਹੈ। ਤੇ ਇਸ ਸ਼ਬਦ ਦੇ ਘਰ ਤਿੰਨ ਵਿੱਚ ਗਾਇਨ ਕਰਨ ਦਾ ਆਦੇਸ਼ ਜਿਹੜਾ ਹੈ ਉਹ ਹੈ। ਰਾਗ ਬਿਲਾਵਲ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਆਉਂਦਾ ਹੈ ਜਿਸ ਨੂੰ ਘਰ ਦੂਜੇ ਵਿੱਚ ਗਾਉਣ ਦਾ ਆਦੇਸ਼ ਹੈ, ਤੇ ਨਾਲ ਹੀ ਲਿਖਿਆ ਹੋਇਆ ਜਾਨੜੀਏ ਕੇ ਘਰ ਗਾਵਨ, ਜਾਨੜੀਏ ਕੈ ਘਰ ਗਾਵਨ। ਇਸ ਦਾ ਅਰਥ ਹੈ ਕਿ ਜਿਹੜੇ ਆਮ ਵਿਦਵਾਨ ਸੰਪਰਦਾਇਕ ਗਿਆਨੀ ਜਿਹੜੇ ਨੇ ਉਹ ਦੱਸਦੇ ਨੇ ਕਿ ਸ਼ਬਦ ਜਾਨੜੀਏ ਵਾਲੇ ਸ਼ਬਦ ਵਾਂਗੂ ਗਾਉਣਾ ਹੈ। ਹਾਲਾਂਕਿ ਦੋਹਾਂ ਸ਼ਬਦਾਂ ਦੇ ਰਾਗ ਤੇ ਘਰ ਵੱਖਰੇ ਵੱਖਰੇ ਹਨ, ਛੰਦ ਚਾਲ ਵੀ ਵੱਖਰੀ ਵੱਖਰੀ ਹੈ। ਜਾਨੜੀਏ ਮਾਨੜਾ ਕਾਹੇ ਕਰੇ ਤੇ ਮੈਂ ਮਨ ਤੇਰੀ ਟੇਕ ਪਿਆਰੇ, ਮੈਂ ਮਨ ਤੇਰੀ ਟੇਕ, ਇਹ ਜਿਹੜਾ ਹੈ ਇਹ ਉਹ ਦੂਜਾ ਸ਼ਬਦ ਹੈ। ਇਉਂ ਲੱਗਦਾ ਹੈ ਕਿ ਇਹ ਕੋਈ ਹੋਰ ਲੋਕ ਧਾਰਨਾ ਸੀ ਜਿਸ ਦੀ ਤਰਜ ਤੇ ਇਸ ਸ਼ਬਦ ਨੂੰ ਗਾਉਣ ਦੀ ਹਦਾਇਤ ਜਿਹੜੀ ਹੈ ਉਹ ਕੀਤੀ ਗਈ ਹੈ। ਦੋਨਾਂ ਦਾ ਧਾਰਨਾ ਦਾ ਫਰਕ ਹੈ। ਤੋ ਇਹ ਬਸ ਇਹ ਇਹੋ ਹੀ ਗੱਲ ਕਹੀ ਜਾਂਦੀ ਹੈ ਕਿ ਇਸ ਸ਼ਬਦ ਨੂੰ ਉਸੇ
ਇਸ ਹਿਸਾਬ ਨਾਲ ਗਾਉਣਾ, ਜਾਣੀਏ ਕਿ ਘਰ ਗਾਵਨਾ ਦਾ ਮਰਦ, ਉਸ ਸ਼ਬਦ ਦੇ ਮੁਤਾਬਕ ਗਾਉਣਾ। ਪਰ ਉਹਨਾਂ ਦੀ ਸ਼ੈਲੀ ਜਿਹੜੀ ਹੈ ਮਿਲਦੀ ਨਹੀਂ ਹੈ, ਮੈਨੂੰ ਇਸ ਤੋਂ ਜ਼ਿਆਦਾ ਹੋਰ ਇਹਦੇ ਬਾਰੇ ਜਾਣਕਾਰੀ ਨਹੀਂ ਹੈ। ਇਹ ਇਸ ਤੋਂ ਹੋਰ ਜਾਣਕਾਰੀ ਵੀ ਹੋਏਗੀ ਤਾਂ ਫਿਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਅਗਲਾ ਸ਼ਬਦ ਇੱਕ ਅਸੀਂ ਲੈ ਰਹੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹੜਾ ਅਗਲਾ ਸ਼ਬਦ ਸਾਡਾ ਇਹ ਸ਼ੁਰੂ ਹੋਏਗਾ ਆਪਣੇ ਰਾਰੇ ਅੱਖਰਾਂ ਤੋਂ ਉੱਤੋਂ ਅਸੀਂ ਹੁਣ ਸ਼ਬਦ ਸ਼ੁਰੂ ਹੋਣਗੇ। ਸਭ ਤੋਂ ਪਹਿਲਾ ਸ਼ਬਦ ਹੈ ਰਹਿ ਰਾਸ। ਜੋਗੀਆਂ ਦੀ ਸੰਧਿਆ ਸਮੇਂ ਇੱਕ ਵਿਸ਼ੇਸ਼ ਪੂਜਾ ਉਪਾਸ਼ਨਾ ਰਹਿ ਰਾਸ ਹੈ, ਜੋ ਕਿ ਸ਼ਿਵਾ ਨੂੰ ਸਨਮੁਖ ਰੱਖ ਕੇ ਕੀਤੀ ਜਾਂਦੀ ਹੈ। ਇਸ ਬਾਰੇ ਗੋਰਖਨਾਥ ਦੀ ਗੋਰਖ ਰੋ ਰਾਸ ਨਾਂ ਦੀ ਛੋਟੀ ਜਿਹੀ ਰਚਨਾ ਵੀ ਮਿਲਦੀ ਹੈ। ਗੁਰੂ ਨਾਨਕ ਸਾਹਿਬ ਨੇ ਸਿੱਧਾਂ ਪ੍ਰਤੀ ਆਪਣੀ ਰਹਿਰਾਸ ਦੱਸਦਿਆਂ ਇਹ ਆਖਿਆ ਕਿ ਸਾਡੀ ਸ਼ਰਧਾ ਬੰਧਨਾ ਉਸ ਪਰਮੇਸ਼ਰ ਨੂੰ ਹੈ, ਸਾਡੀ ਰਹਿਰਾਸੀ ਹੋਈ ਹੈ। ਤਿਸ ਆਗੇ ਰਹਿਰਾਸ ਹਮਾਰੀ ਸਾਰਾ ਸਾਚਾ ਆਪਣਾ ਭਾਰੋ। ਗੁਰੂ ਰਾਮਦਾਸ ਜੀ ਨੇ ਹਰ ਕੀਰਤਨ ਨੂੰ ਰਹਿਰਾਸ ਜਿਹੜਾ, ਜਾਂ ਉਹਦੀ ਵਡਿਆਈ ਨੂੰ ਰਹਿਰਾਸ ਦੀ ਗੱਲ ਕੀਤੀ। ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿਰਾਸ। ਤੋ ਸ਼ਾਮ ਨੂੰ ਪੜ੍ਹੀ ਜਾਣ ਵਾਲੀ ਬਾਣੀ ਜਿਹਦਾ ਨਾਮ ਰਹਿਰਾਸ ਕਹਾਉਂਦੀ ਹੈ, ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਇਹਦਾ ਸਿਰਲੇਖ ਰਹਿਰਾਸ ਨਹੀਂ ਹੈ, ਪਰ ਕਈ ਲੇਖਕਾਂ ਫਾਰਸੀ ਦੇ ਰਹਿਰਾਸ ਸ਼ਬਦ ਤੋਂ ਇੱਕ ਬਣਤਰ ਮੰਨੀ ਹੈ। ਪਰ ਇਹ ਠੀਕ ਨਹੀਂ ਜਾਪਦਾ ਕਿ ਉਹਨਾਂ ਦੀ ਕੋਈ ਫਾਰਸੀ ਸ਼ਬਦ ਤੋਂ ਮੰਨੀ ਇਹ ਲਫ਼ਜ਼ ਜਿਹੜੀ ਹੈ ਇਹ ਮੰਨੀ ਗਈ ਹੋਏਗੀ। ਪਰ ਰਹਿਰਾਸ ਦੀ ਜੇ ਸ਼ਬਦਾਰਥ ਅਗਰ ਅਸੀਂ ਲੈਵਾਂਗੇ ਤੇ ਇਹਦੇ ਅਰਥ ਹਨ ਅਰਦਾਸ, ਬੇਨਤੀ, ਨਿਵੇਦਨ ਕਰਨਾ, ਪ੍ਰਾਰਥਨਾ ਕਰਨੀ। ਇਹਦੇ ਸ਼ਬਦਾਰਥ ਅਰਥ ਜਿਹੜੇ ਹਨ ਇਹ ਹਨ। ਇਹਨਾਂ ਅਰਥਾਂ ਵਿੱਚ ਸ਼ਬਦ ਗੁਰਬਾਣੀ ਕਈ ਕਾਰਬਾਰ ਸਾਡੇ ਕੋਲ ਮਿਲਦਾ ਹੈ। ਰਸ ਸਿੱਧ ਸਭਾ ਕਰ ਆਸਨ ਬੈਠੇ, ਸੰਤ ਸਭਾ ਜੈਕਾਰੋ, ਤਿਸ ਆਗੇ ਰਸ ਹਮਾਰੀ ਸਾਚਾ ਅਪਰ ਪਾਰੋ। ਰਸ ਦਾ ਕਹਿ ਬੇਨਤੀ ਆ ਗਿਆ। ਗੁਰੂ ਰਾਮਦਾਸ ਜੀ ਨੇ ਰਸ ਸ਼ਬਦ ਦਾ ਪ੍ਰਯੋਗ ਕੀਤਾ ਹੈ ਤੇ ਬੇਨਤੀ ਦੇ ਅਰਥਾਂ ਵਿੱਚ ਕੀਤਾ ਹੈ। ਉੱਥੇ ਵੀ ਆਉਂਦਾ ਹੈ ਹਰ ਕੇ ਜਨ ਸਤਿਗੁਰ ਸਤਿਪੁਰਖਾ, ਮਿਲੋ ਕਰੋ ਗੁਰਪਾਸ, ਹਮ ਕੀਰੇ ਕਰਮ ਸਤਿਗੁਰ ਸਰਨਾਈ, ਕਰ ਦਿਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ, ਮੋਹ ਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਬਰੀ ਰਹਿ ਰਾਸ। ਹਰੀ ਕੀਰਤ ਪ੍ਰਭੂ ਦੀ ਵਡਿਆਈ ਸਾਡੀ ਰਹਿ ਰਾਸ। ਤੇ ਸ਼ਾਮ ਦੇ ਵਕਤ ਜਿਹੜੀ ਅਸੀਂ ਬਾਣੀ ਪੜ੍ਹਦੇ ਹਾਂ ਉਹਦਾ ਨਾਮ ਵੀ ਰਹਿ ਰਾਸ ਰੱਖਿਆ ਗਿਆ। ਹਾਲਾਂਕਿ ਬਾਣੀ ਦਾ ਸਿਰਲੇਖ ਸੋਧਰ ਹੈ, ਰਸ ਕਦੋਂ ਪਿਆ, ਇਹ ਪ੍ਰਚਲਿਤ ਕਦੋਂ ਹੋਇਆ, ਇਹ ਬਸ ਵੱਖਰਾ ਵਿਸ਼ਾ ਹੈ, ਵੱਖਰੀ ਵਿਚਾਰ ਹੈ। ਲੇਕਿਨ ਜੋ ਪੰਥ ਇਹਦਾ ਨਾਮ ਸੋਧਾਰ ਰਸ ਕਰਕੇ ਕਿਹਾ ਜਾਂਦਾ ਹੈ, ਜਿਹੜੀ ਸ਼ਾਮ ਨੂੰ ਪੜ੍ਹੀ ਜਾਣ ਵਾਲੀ ਬਾਣੀ ਹੈ। ਇਹ ਸੰਪੂਰਨ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਇੱਕੋ ਸਥਾਨ ਦੇ ਉੱਤੇ ਦਰਜ ਨਹੀਂ ਹੈ, ਬਲਕਿ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਬਾਣੀਆਂ ਤੇ ਫਿਰ ਅੱਗੇ ਕਲਗੀਧਰ ਪਾਤਸ਼ਾਹ ਦੀ ਕਹੀ ਜਾਂਦੀ ਰਚਨਾ, ਕਵੀ ਬਾਜ ਬੇਨਤੀ ਚ ਪਈ ਕਹੀ ਜਾਂਦੀ ਰਚਨਾ ਲੈ ਕੇ ਇਸ ਦਾ ਸੰਕਲਨ ਜਿਹੜਾ ਹੈ ਬਾਣੀ ਦਾ ਕੀਤਾ ਗਿਆ ਹੈ, ਜਿਹਦੇ ਵਿੱਚ ਰਸ ਦੇ ਵਿੱਚ ਪਹਿਲੇ 5 ਸ਼ਬਦ ਸੋਧਰ ਸਿਰਲੇਖ ਹੇਠ ਹਨ, 4 ਸ਼ਬਦ ਸੋਧਪੁਰਖ ਸਿਰਲੇਖ ਹੇਠ ਹਨ, ਉਸ ਤੋਂ ਬਾਅਦ ਫਿਰ ਅੱਜ ਜਿਹੜਾ ਮੌਜੂਦਾ ਪੰਥਕ ਸਰੂਪ ਹੈ ਉਹਦੇ 'ਚ ਕਵੀ ਬਾਜ ਬੇਨਤੀ ਚ ਪਈ ਦੀਆਂ 25 ਪੌੜੀਆਂ, ਫਿਰ ਉਸ ਤੋਂ ਬਾਅਦ ਦੋਹਰਾ ਸੋਈਆ, ਫਿਰ ਸੋਈਏ ਤੋਂ ਬਾਅਦ ਦੋਹਰਾ, ਦੋਹਰੇ ਤੋਂ ਬਾਅਦ ਅਨੰਦ ਸਾਹਿਬ ਦੀਆਂ ਪਹਿਲੀਆਂ 5 ਤੇ ਆਖਰੀ ਪੌੜੀ, ਫਿਰ ਮਧਾਵਨੀ ਮਹਲਾ 5ਵਾਂ, ਤੇ ਫਿਰ ਸਲੋਕ ਮਹਲਾ 5ਵਾਂ। ਇਹ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਇਸ ਢੰਗ ਨਾਲ ਦਿੱਤੀ ਗਈ ਹੈ।
ਜਿਹੜੇ ਸੋਧਰ ਤੇ ਸਿਰਲੇਖ ਤੇ ਸੋ ਪ੍ਰਕਾਰਾ ਸਿਰਲੇਖ ਹੈ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 8 ਤੋਂ ਲੈ ਕੇ 12 ਤੱਕ ਦਰਜ ਕੀਤੇ ਗਏ ਹਨ। ਗੁਰੂ ਗੋਬਿੰਦ ਸਿੰਘ ਦੀ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ ਨਹੀਂ, ਤੇ ਇਹ ਅਨੰਦ ਸਾਹਿਬ ਜਿਹੜਾ ਹੈ ਇਹ ਰਾਮਕਲੀ ਰਾਗ ਦੇ ਵਿੱਚੋਂ ਜੋ 917 ਅੰਕ ਤੇ ਸੁਸ਼ੋਭਿਤ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਦੇ ਵਿੱਚੋਂ ਲਿਆ ਗਿਆ ਪਹਿਲੀਆਂ 5 ਪੌੜੀਆਂ ਤੇ ਆਖਰੀ ਪੌੜੀ। ਤੇ ਉਸ ਤੋਂ ਬਾਅਦ ਇਹ ਮਧਾਵਨੀ ਜਿਹੜਾ ਹੈ ਇਹ ਤੇ ਸਲੋ 1429 ਅੰਕ ਦੇ ਉੱਤੇ ਇਹ ਸਿਰਲੇਖ ਜਿਹੜਾ ਹੈ ਦਰਜ ਕੀਤਾ ਗਿਆ, ਤੋ ਅੰਤ ਦੇ ਵਿੱਚ ਜਾ ਕੇ ਇਹ ਸਿਰਲੇਖ ਜਿਹੜਾ ਸੀ ਮਧਾਵਨੀ ਦਾ ਦਿੱਤਾ ਗਿਆ, ਜਿਹਦਾ ਪਹਿਲਾਂ ਵੀ ਅਸੀਂ ਵਿਚਾਰ ਕਰ ਚੁੱਕੇ ਹਾਂ। ਤੋ ਰਾਏ ਰਾਜ ਸਾਹਿਬ ਦੇ ਜਿਹੜਾ ਆਖਰੀ ਇਹ ਸਲੋਕ ਹੈ, ਜਿਹੜਾ ਆਖਰੀ ਸਲੋਕ ਅਸੀਂ ਪੜ੍ਹਦੇ ਹਾਂ, ਉਹਦੇ 'ਚ ਪ੍ਰਮਾਤਮਾ ਲਈ ਬਹੁਤ ਹੀ ਇੱਕ ਆਪਣੇ ਆਪ ਨੂੰ ਬਹੁਤ ਛੋਟਾ ਦੱਸ ਕੇ ਉਹਦੇ ਉੱਚੇ ਭਾਵਾਂ ਦਾ ਜ਼ਿਕਰ ਜਿਹੜਾ ਕੀਤਾ ਗਿਆ ਹੈ, ਜਿਹੜਾ ਆਖਰੀ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਨਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ, ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ, ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ। ਤੋ ਇਹ ਸ਼ਬਦ ਵੀ ਅਸੀਂ ਪੜ੍ਹਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਅਸੀਂ ਇੱਥੇ ਆ ਕੇ ਸਮਾਪਤੀ ਕਰਦੇ ਹਾਂ। ਰਾਜ ਸਾਹਿਬ ਦੀ ਬਾਣੀ ਦੀ ਸਮਾਪਤੀ ਪੰਥਕ ਮਰਿਆਦਾ ਮੁਤਾਬਕ ਇੱਥੇ ਹੁੰਦੀ ਹੈ, ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕਾ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਖਰੀ ਸ਼ਬਦ ਵੀ ਇਹ ਹੋਈ ਹੈ। ਇਸ ਤੋਂ ਅਗਲਾ ਸ਼ਬਦ ਸਾਡੇ ਕੋਲ ਰਹਾਉ ਵਾਲਾ ਹੈ। ਰਹਾਉ ਦਾ ਅਰਥ ਭਾਵ ਹੈ ਟੇਕ ਜਾਂ ਧਾਰਨਾ। ਹਰ ਸ਼ਬਦ ਦੇ ਵਿੱਚ ਜੋ ਸਥਾਈ ਦੀ ਤੁਕ ਹੁੰਦੀ ਹੈ ਉਸ ਨੂੰ ਰਹਾਉ ਲਿਖਿਆ ਜਾਂਦਾ ਹੈ। ਭਾਵ ਇਹ ਹੁੰਦਾ ਰਹਾਉ ਦਾ ਅਰਥ ਰੁਕ ਜਾਣਾ, ਟੇਕ ਧਾਰਨਾ, ਇਹਦਾ ਮਤਲਬ ਜੋ ਭਗਤੀ ਪੜ੍ਹੀ ਹੈ ਦੁਬਾਰਾ ਪੜ੍ਹੀ ਚਾਹੀਏ, ਉਹਦਾ ਉੱਤੇ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਰਹਾਉ ਨੂੰ ਸ਼ਬਦ ਦਾ ਧੁਰਾ ਕਿਹਾ ਜਾਂਦਾ ਹੈ, ਜਿਵੇਂ ਕਾਰਾਂ ਦੇ ਤਾਂ ਦੂਜਿਆਂ ਦੇ ਧੁਰੇ ਚੱਲਦੇ ਹਨ ਤੇ ਉਹਨਾਂ ਦੇ ਦੁਆਰੇ ਚੀਜ਼ਾਂ ਘੁੰਮਦੀਆਂ ਨੇ, ਇਸੇ ਤਰ੍ਹਾਂ ਰਹਾਉ ਦੇ ਅੰਕ ਨੂੰ ਸ਼ਬਦ ਦਾ ਧੁਰਾ ਕਿਹਾ ਜਾਂਦਾ ਹੈ। ਤੋ ਇਹ ਰਹਾਉ ਲਿਖਣ ਦਾ ਮਤਲਬ ਵੀ ਇਹੋ ਹੀ ਸੀ ਕਿ ਸ਼ਬਦ ਦੇ ਗਾਇਨ ਸਮੇਂ ਇਸ ਤੁਕ ਨੂੰ ਧਾਰਨਾ ਬਣਾਉਣੀ ਹੈ, ਭਾਵ ਸਥਾਈ ਬਣਾਉਣਾ ਹੈ ਇਸੇ ਸ਼ਬਦ ਨੂੰ। ਸੰਪਰਦਾਇ ਗਿਆਨੀ ਇਹ ਵਿਚਾਰ ਦਿੰਦੇ ਹਨ ਕਿ ਰਹਾਉ ਦੀ ਤੁਕ ਵਿੱਚ ਕੇਂਦਰੀ ਭਾਵ ਹੁੰਦਾ ਹੈ ਤੇ ਇਹਦੇ ਦੁਆਲੇ ਸਾਰੇ ਖਿਆਲ ਦੀ ਉਸਾਰੀ ਕੀਤੀ ਗਈ ਹੁੰਦੀ ਹੈ। ਕੁਝ ਕੁ ਸ਼ਬਦਾਂ ਵਿੱਚ ਰਹਾਉ ਦੂਜਾ ਵੀ ਲਿਖਿਆ ਮਿਲਦਾ ਹੈ। ਇਸ ਦਾ ਮੰਤਵ ਇਹ ਹੈ ਕਿ ਜਿਹਨਾਂ ਸ਼ਬਦਾਂ ਵਿੱਚ ਖਿਆਲ ਦੀ ਉਸਾਰੀ ਇਹ ਸਿਰੇ ਤੱਕ ਪੁੱਜ ਗਈ ਤੇ ਫਿਰ ਧਾਰਨਾ ਬਦਲਣ ਦੀ ਲੋੜ ਪੈਂਦੀ ਹੈ, ਇਸ ਲਈ ਕਿਤੇ ਕਿਤੇ ਇਸ ਦਾ ਵੀ ਸੰਕੇਤ ਮਿਲਦਾ ਹੈ ਕਿ ਰਹਾਉ ਦੂਜਾ ਪਹਿਲੇ ਸਵਾਲ ਵਿੱਚ ਦੂਜੇ ਦਾ ਜਵਾਬ, ਰਹਾਉ ਵਿੱਚ ਜਵਾਬ ਵੀ ਦਿੱਤਾ ਜਾਂਦਾ ਹੈ। ਤੋ ਇਹ ਗੁਰੂ 175 ਅੰਕ ਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ, ਮੈਂ ਇੱਕ ਉਦਾਹਰਣ ਸਿਰਫ ਦੇ ਰਿਹਾ ਹਾਂ ਜਿਹਦੇ ਵਿੱਚ ਇਹ ਲਿਖਿਆ ਗਿਆ ਹੈ, ਕਿਨ ਬਿਧ ਕੁਸ਼ਲ ਹੋਤ ਮੇਰੇ ਭਾਈ, ਕਿਉਂ ਪਾਈਏ ਹਰ ਰਾਮ ਸਹਾਈ। ਤੇ ਅੱਗੇ ਉਹਦਾ ਜਿਹੜਾ ਰਹਾਉ ਦੂਜਾ ਹੈ ਉਹਦੇ ਵਿੱਚ ਇਨ ਬਿਧ ਕੁਸ਼ਲ ਹੋਤ ਮੇਰੇ ਭਾਈ, ਕਿਉਂ ਪਾਈਏ ਹਰ ਰਾਮ ਸਹਾਈ, ਉਹ ਸਾਰਾ ਢੰਗ ਦੱਸ ਕੇ ਤੇ ਉਹਦਾ ਕੁਸ਼ਲ ਦਾ ਜਿਹੜਾ ਹੈ ਉਹ ਦੱਸਿਆ ਹੈ। ਤੋ ਇੱਥੋਂ ਗੱਲ ਸਮਝ ਆ ਗਈ, ਸਾਨੂੰ ਸਮਝ ਆਣੀ ਚਾਹੀਦੀ ਹੈ ਕਿ ਰਹਾਉ ਦੇ ਸ਼ਾਬਦਿਕ ਅਰਥ ਜਿਹੜੇ ਹਨ ਉਹ ਸਥਿਤ ਹੋਣ ਦਾ ਭਾਵ ਦਰਸਾਉਂਦੇ ਨੇ, ਇਹ ਭਾਈ ਰੇ ਗੁਰਮਤਿ ਸਾਚ ਰਹਾਉ, ਇਹ ਇੱਕ ਇਹ ਇਸ ਤਰ੍ਹਾਂ ਗੁਰੂ ਅਮਰਦਾਸ ਦਾ ਇੱਕ ਸ਼ਬਦ ਵੀ ਆਉਂਦਾ ਹੈ, ਭਾਈ ਰੇ ਗੁਰਮਤਿ ਸਾਚ ਰਹਾਉ। ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਫਿਰ ਦੁਹਰਾ ਰਿਹਾ, ਟੇਕ ਜਾਂ ਸਥਾਈ ਅਰਥਾਂ ਵਿੱਚ ਵਰਤਿਆ ਗਿਆ ਹੈ। ਆਮ ਤੌਰ ਤੇ ਹਰ ਸ਼ਬਦ ਵਿੱਚ ਇੱਕ ਰਹਾਉ ਹੁੰਦਾ ਹੈ, ਜਿਸ ਤੋਂ ਇਹ ਪਤਾ ਚੱਲ ਜਾਂਦਾ ਹੈ ਕਿ ਸ਼ਬਦ ਦੀ ਕੇਂਦਰੀ ਤੁਕ ਕਿਹੜੀ ਹੈ।
ਪਰ ਕਈ ਸ਼ਬਦਾਂ ਵਿੱਚ ਇੱਕ ਤੋਂ ਛੱਡ ਕੇ ਚਾਰ ਚਾਰ ਰਹਾਓ ਤੱਕ ਵੀ ਆਏ ਹਨ। ਤੇ ਜਿਵੇਂ ਤੂੰ ਜੀਵਨ ਤੂੰ ਪ੍ਰਾਣ ਆਧਾਰਾ, ਤੁਝ ਹੀ ਪੇਖ ਪੇਖ ਮਨ ਸਾਧਾਰਾ, ਤੂੰ ਸਾਜਨ ਤੂੰ ਮੀ ਪ੍ਰੀਤਮ ਮੇਰਾ, ਚਿਤੇ ਚਿਤੇ ਨਾ ਬਿਸਰੇ ਕਾਹੂੰ ਬੇਰਾ ਰਹਾਓ। ਤੋ ਇਹ ਲਾਈਨ ਜਿਹੜੀ ਹੈ ਇੱਥੋਂ, ਇਹ ਸਾਨੂੰ ਇਹ ਸਮਝ ਆਉਣੀ ਚਾਹੀਦੀ ਹੈ, ਇਸ ਸ਼ਬਦ ਦਾ ਗਾਇਨ ਕਰਨ ਸਮੇਂ ਤੂੰ ਸਾਜਨ ਕਾਹੂੰ ਬੇਰਾ, ਜਿਹੜੀ ਪੰਕਤੀ ਤੂੰ ਸਾਜਨ ਤੂੰ ਪ੍ਰੀਤਮ ਮੇਰਾ ਚਿਤੇ ਨਾ ਬਿਸਰੇ ਕਾਹੂੰ ਬੇਰਾ, ਇਹ ਪੰਕਤੀ ਹੀ ਰਹਾਓ ਦੀ ਪੰਕਤੀ ਹੈ। ਔਰ ਇੱਥੇ ਹੀ ਟੇਕ ਜਿਹੜੀ ਹੈ ਇਹ ਬਣਾਉਣੀ ਚਾਹੀਦੀ ਹੈ। ਜਿੱਥੇ ਦੋ ਰਹਾਓ ਹਨ ਉਹਦਾ ਆਪਾਂ ਜ਼ਿਕਰ ਕਰ ਚੁੱਕੇ ਹਾਂ, ਤਾਂ ਵੀ ਦੂਜਾ ਦੋ ਰਹਾਓ ਦਾ ਕੀ ਮਤਲਬ ਹੈ। ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਕਈ ਵਾਰੀ ਦੋ ਰਹਾਓ ਵੀ ਇਸਤੇਮਾਲ ਜਿਹੜੇ ਹਨ ਕੀਤੇ ਗਏ, ਚਾਰ ਵੀ ਕੀਤੇ ਗਏ ਹਨ। ਰਹੋਏ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ, ਰੋਏ ਕੇ ਸੰਤ ਕਹਿ ਕਾਰ। ਰਹੋਆ ਇੱਕ ਕਿਸਮ ਦਾ ਪੇਂਡੂ ਪੰਜਾਬੀ ਗੀਤ ਹੈ ਜੋ ਬਹੁਤ ਲੰਮੀ ਹੇਕ ਨਾਲ ਗਾਇਆ ਜਾਂਦਾ ਹੈ। ਬੀਬੀਆਂ ਵਿਆਹ ਸਮੇਂ ਜਾਂ ਫਿਰ ਮੰਦਰਾਂ ਵਿੱਚ ਇਸ ਗੀਤ ਦਾ ਗਾਇਨ ਕਰਦੀਆਂ ਹਨ। ਗੋੜੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਸ਼ਬਦ ਹੈ, ਕੋਈ ਰਾਮ ਪਿਆਰੋ ਹੈ ਕੋਈ ਰਾਮ ਪਿਆਰੋ ਗਾਵੇ, ਇਸ ਤਰ੍ਹਾਂ ਤੇ ਗਾਉਣ ਦੀ ਹਦਾਇਤ ਕੀਤੀ ਗਈ ਹੈ। 203 ਅੰਕ ਦੇ ਉੱਤੇ ਇਹ ਹਦਾਇਤ ਹੈ ਜਿਹੜੀ ਦਿੱਤੀ ਗਈ ਹੈ। ਤੋ ਇਹ ਇੱਕ ਲੰਮੀ ਧਾਰਨਾ ਵਾਲਾ ਗੀਤ ਹੈ ਜੋ ਲੰਮੀ ਧਾਰਨਾ ਦੇ ਨਾਲ ਗਾਇਆ ਜਾਂਦਾ ਹੈ। ਵਿਆਹ ਦੇ ਸੰਸਕਾਰ ਵਿਆਹ ਦੇ ਵਿੱਚ ਵੀ, ਤੇ ਜਾਂ ਹਿੱਕਾਂ ਲਾ ਲਾ ਕੇ ਗਾਏ ਜਾਂਦੇ ਹਨ, ਜਾਂ ਮੰਦਰਾਂ ਦੇ ਉੱਤੇ ਵੀ ਇਹ ਗੱਲ ਗਾਈ ਜਾਂਦੀ ਹੈ। ਤੇ ਜਿਹੜਾ ਕੋਈ ਹੈ ਕੋਈ ਰਾਮ ਪਿਆਰੋ ਗਾਵੇ, ਫਿਰ ਹੋਏ ਗੀਤ ਦੀ ਧਾਰਨਾ ਉੱਪਰ ਗਾਉਣ ਦਾ ਆਦੇਸ਼ ਜਿਹੜਾ ਹੈ ਉਹ ਦਿੱਤਾ ਗਿਆ ਹੈ। ਤੋ ਇਸ ਵਿੱਚ ਟੇਕ ਦੀ ਤੁਕ ਨੂੰ ਬਾਰ ਬਾਰ ਗਾਉਣਾ, ਇਹ ਗੱਲ ਕੀਤੀ ਗਈ ਹੈ, ਗੱਲ ਸਮਝਾਈ ਗਈ ਹੈ ਜਿਹੜੀ ਸਾਨੂੰ ਮਿਲਦੀ ਹੈ, ਰਹੁਆ ਲਫ਼ਜ਼ ਜਿਹੜਾ ਮਿਲਦਾ ਹੈ। ਅਗਲਾ ਸ਼ਬਦ ਹੈ ਰਕਤ ਬੀਜ। ਇੱਕ ਰਾਕਸ਼ ਦਾ ਨਾਮ ਜੋ ਕਿ ਰਾਜੇ ਸ਼ੁੰਭ ਦਾ ਸੈਨਾਪਤੀ ਸੀ, ਕਿਹਾ ਜਾਂਦਾ ਹੈ ਕਿ ਲੜਾਈ ਵਿੱਚ ਜਿਤਨੇ ਖੂਨ ਦੇ ਕਤਰੇ ਡਿੱਗਦੇ ਉਹਨਾਂ ਤੋਂ ਉਤਨੇ ਹੀ ਹੋਰ ਦੈਂਤ ਪੈਦਾ ਹੋ ਜਾਂਦੇ। ਮਾਰਕੰਡੇ ਪੁਰਾਣ ਅਨੁਸਾਰ ਇਸ ਨੂੰ ਕਾਲੀ ਤੇ ਦੁਰਗਾ ਨੇ ਮਿਲ ਕੇ ਮਾਰਿਆ। ਕਾਲੀ ਨੇ ਇਸ ਤੇਜ਼ੀ ਨਾਲ ਲਹੂ ਦੇ ਤੁਪਕੇ ਚੱਟੇ ਕਿ ਕੋਈ ਦੈਂਤ ਵਜੂਦ ਵਿੱਚ ਹੀ ਨਾ ਆਇਆ। ਦੁਰਗਾ ਨੇ ਇਸਦਾ ਸਿਰ ਵੱਢ ਦਿੱਤਾ। ਸਤਿਗੁਰਾਂ ਦੇ ਕਥਨ ਅਨੁਸਾਰ ਅਜਿਹੇ ਰਾਕਸ਼ਾਂ ਨੂੰ ਨਾਸ਼ ਕਰਨ ਵਾਲਾ ਸਰਵ ਸ਼ਕਤੀਮਾਨ ਪਰਮਾਤਮਾ ਆਪ ਹੀ ਹੈ। ਰਕਤ ਬੀਜ ਕਾਲ ਨੇ ਵਧਾਰੇ। ਤੋ ਇਹ ਜਿਹੜਾ ਸਾਨੂੰ ਮਿਲਦਾ ਹੈ ਸ਼ਬਦ, ਇਹ ਇੰਨਾ ਕੀ ਇਹਦਾ ਵਿਚਾਰ ਸਾਨੂੰ ਨਾਲ ਸਾਂਝੀ ਮਿਲਦੀ ਹੈ, ਜਾਂ ਅਸੀਂ ਇਸ ਦੀ ਇੰਨੀ ਕੀ ਵਿਚਾਰ ਜਿਹੜੀ ਹੈ ਕਰ ਸਕਦੇ ਹਾਂ। ਇਸ ਤੋਂ ਹੋਰ ਲੰਬੀ ਵਿਚਾਰ ਕਿਤੇ ਸਾਨੂੰ ਨਹੀਂ ਮਿਲਦੀ। ਤੋ ਅੱਗੇ ਭਗਤ ਰਵਿਦਾਸ ਜੀ ਦੇ ਜੀਵਨ ਦੀ ਵਿਚਾਰ ਬਾਰੇ ਕੋਈ ਗੱਲਾਂ ਹੋਣਗੀਆਂ, ਜਾਂ ਇਸ ਤੋਂ ਇਲਾਵਾ ਫਿਰ ਗੁਰੂ ਰਾਮਦਾਸ ਜੀ ਰਾਰੇ ਅੱਖਰ ਤੋਂ ਸ਼ਬਦਾਂ ਤੋਂ ਸ਼ੁਰੂ ਹੁੰਦਾ, ਇਹ ਭਗਤ ਰਵਿਦਾਸ ਜੀ ਦੀ ਸੰਖੇਪ ਜੀ ਗੱਲ ਆਪਾਂ ਕਰਕੇ ਸਮਾਪਤੀ ਕਰ ਦਿਆਂਗੇ। ਤੇ ਭਗਤ ਰਵਿਦਾਸ ਜੀ ਦਾ ਜੋ ਜਿੰਨਾ ਕਹਿ ਉਹਦੀ ਵੱਖਰੀ ਜੀਵਨ ਦੱਸਣ ਦੀ ਲੋੜ ਹੈ, ਲੇਕਿਨ ਇੱਥੇ ਬਹੁਤ ਹੀ ਸੰਖੇਪ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਕਿ ਇਸ ਸੰਤ ਪਰੰਪਰਾ ਦੇ ਇੱਕ ਮਹਾਨ ਸੰਤ ਭਗਤ ਰਵਿਦਾਸ ਜੀ ਹੋਏ ਹਨ। ਆਪ ਜੀ ਦੇ ਜੀਵਨ ਦੇ ਸੰਬੰਧ ਦੇ ਨਾਲ ਬਹੁਤ ਸਾਰੀਆਂ ਮਿਥਿਹਾਸ ਦੀਆਂ, ਜੇ ਇਹ ਕਹਿ ਲਵਾਂ ਕਿ ਮਿਥਿਹਾਸ ਦੀ ਧੁੰਦ ਦੇ ਵਿੱਚ ਹੀ ਇਤਿਹਾਸ ਜਿਹੜਾ ਹੈ ਉਹ ਲੁਕ ਗਿਆ ਹੈ। ਰਵਿਦਾਸ ਜੀ ਜਾਂ ਜਿਹੜਾ ਜਨਮ 1376 ਈਸਵੀ ਦਾ ਮੰਨਿਆ ਜਾਂਦਾ ਹੈ, ਇਸ ਦੇ ਫਰਕ ਹੋ ਸਕਦਾ ਹੈ, ਕਿਉਂਕਿ ਬਹੁਤ ਸਾਰੇ ਵਿਦਵਾਨਾਂ ਨੇ ਇਹਦੇ ਫਰਕ ਜਿਹੜੇ ਹਨ ਆਪਸੀ ਸੰਨਾਂ ਦੇ ਫਰਕਾਂ ਦੱਸੇ ਹਨ। ਪਰ ਰਵਿਦਾਸ ਜੀ ਦੇ ਜੀਵਨ ਨੂੰ ਸਮਝਣ ਦੇ ਲਈ ਇਹ ਵੀ ਇੱਕ ਬੜੀ ਮੁਸ਼ਕਲ ਆਉਂਦੀ ਹੈ ਕਿ ਉਹਨਾਂ ਦੇ ਜਨਮ ਸਥਾਨ ਦੇ ਨਾਲ ਵੀ ਅਜੇ ਤੱਕ ਨਿਸ਼ਚਿਤ ਨਹੀਂ ਕੀਤਾ ਸਕਦਾ, ਕੋਈ ਨਿਸ਼ਚਾ ਨਹੀਂ ਕਰ ਸਕੇ।
ਫਿਰ ਵੀ ਜੋ ਸਾਨੂੰ ਮਿਲਦਾ ਹੈ ਇਹ ਇਤਿਹਾਸਕ ਸਰੋਤ ਜਿਹੜੇ ਮਿਲਦੇ ਹਨ, ਜਿਹੜਾ ਸਿੱਖ ਮਿਸ਼ਨ ਕਾਲਜ ਨੇ ਵੀ ਭਗਤ ਰਵਿਦਾਸ ਜੀ ਦੀ ਇੱਕ ਜੀਵਨੀ ਛਾਪੀ ਹੋਈ ਹੈ, ਉਹਦੇ ਵਿੱਚੋਂ ਵੀ ਸਾਨੂੰ ਕੋਈ ਸਰੋਤ ਮਿਲਦੇ ਹਨ ਕਿ ਇਹ ਜਾਤਾਂ ਦੇ ਪੱਖ ਦੇ ਉੱਤੇ ਵਿਚਾਰ, ਜਿਹਨਾਂ ਨੂੰ ਚਮਾਰ ਜਾਤ ਕਿਹਾ ਜਾਂਦਾ ਹੈ, ਉਹਦੇ ਵਿੱਚ ਇਹਨਾਂ ਦਾ ਜਨਮ ਹੋਇਆ, ਬਨਾਰਸ ਦੇ ਜੰਮਪਲ ਸਨ। ਇਹਨਾਂ ਦਾ ਸਮਾਂ 16ਵੀਂ ਸਦਵੀ ਦਾ ਮੰਨਿਆ ਜਾਂਦਾ ਹੈ, ਕਈਆਂ ਨੇ 14ਵੀਂ ਸਦਵੀ ਦਾ ਸਮਾਂ ਮੰਨਿਆ ਹੈ, ਕਈਆਂ ਨੇ ਵੱਖਰਾ ਸਮਾਂ ਮੰਨਿਆ ਹੈ। ਇਹਨਾਂ ਦੇ ਜਨਮ ਦੀਆਂ ਨਿਸ਼ਚਿਤ ਤਰੀਕਾਂ ਸਾਨੂੰ ਨਹੀਂ ਮਿਲਦੀਆਂ। ਕਈਆਂ ਨੇ ਇਹਨਾਂ ਨੂੰ ਰਾਮਾਨੰਦ ਦੇ ਚੇਲੇ ਵੀ ਲਿਖਿਆ ਹੈ, ਪਰ ਗੱਲ ਇਤਿਹਾਸਿਕ ਤੌਰ ਤੇ ਸਿੱਧ ਨਹੀਂ ਹੁੰਦੀ ਕਿ ਉਹ ਉਹਨਾਂ ਦੇ ਵੀ ਚੇਲੇ ਸਨ। ਕਬੀਰ ਨਾਲ ਵੀ ਇਹਨਾਂ ਦਾ ਸੰਬੰਧ ਜੋੜਿਆ ਜਾਂਦਾ ਹੈ, ਪਰ ਇਸ ਦੇ ਵੀ ਪ੍ਰਮਾਣ ਪ੍ਰਾਪਤ ਨਹੀਂ ਹੁੰਦੇ। ਰਵਿਦਾਸ ਭਗਤਮਾਲ ਦੀ ਟੀਕਾ ਵਿੱਚ ਇਹ ਹਵਾਲਾ ਮਿਲਦਾ ਹੈ ਕਿ ਮਹਾਰਾਣੀ ਸਾਂਗਾ ਦੀ ਪਤਨੀ ਝਾਲਾ ਰਾਣੀ ਇਹਨਾਂ ਦੀ ਚੇਲੀ ਸੀ। ਇਸ ਤੋਂ ਅਸੀਂ ਰਵਿਦਾਸ ਜੀ ਦਾ ਸਮਾਂ ਜੋ ਅੰਦਾਜ਼ਾ ਲਾ ਸਕਦੇ ਹਾਂ, 1482 ਤੋਂ 1527, ਇਹ ਅੰਦਾਜ਼ੇ ਹਨ, ਕੋਈ ਠੀਕ ਸਮਾਂ ਜਿਹੜਾ ਨਹੀਂ ਹੈ। ਤੋ ਸਿੱਖ ਮਿਸ਼ਨ ਕਾਲਜ ਨੇ ਜਿਹੜਾ ਭਗਤ ਰਵਿਦਾਸ ਜੀ ਦਾ ਜੀਵਨ ਛਾਪਿਆ, ਉਹਦੇ ਵਿੱਚ ਵੀ ਇਹ ਸਨ ਇਸੇ ਤਰ੍ਹਾਂ ਹੀ ਸਾਨੂੰ ਪੱਕੇ ਸਨ ਜਿਹੜੇ ਹਨ ਉਹ ਨਹੀਂ ਮਿਲਦੇ। ਮੈਂ ਕੋਸ਼ਿਸ਼ ਕਰਾਂਗਾ ਮੈਂ ਕਿ ਉਹ ਜੀਵਨੀਆਂ ਵੀ ਭਗਤਾਂ ਦੀਆਂ ਤੁਹਾਡੇ ਨਾਲ ਸਾਂਝੀ ਕਰ ਸਕਾਂ। ਭਗਤ ਰਵਿਦਾਸ ਜੀ ਦੀ ਜਿਹੜੀ ਜੀਵਨੀ ਕਾਲਜ ਵੱਲੋਂ ਛਪੀ ਹੈ ਉਹਦੇ ਵਿੱਚ ਕੀ ਵਿਚਾਰ ਹਨ, ਇਹ ਵੀ ਆਪ ਜੀ ਦੇ ਨਾਲ ਸਾਂਝੇ ਕਰਾਂ ਉਹਨਾਂ ਦੇ ਜੀਵਨ ਬਾਰੇ। ਭਗਤ ਰਵਿਦਾਸ ਜੀ ਦੇ ਜੀਵਨ ਦੇ ਬਾਰੇ ਦੇ ਵਿੱਚ ਇਹ ਅਸੀਂ ਕਹਿ ਸਕਦੇ ਹਾਂ ਕਿ ਭਗਤ ਰਵਿਦਾਸ ਜੀ ਇੱਕ ਐਸੇ ਇਹ ਵਿਅਕਤੀ ਹਨ ਜਿਨ੍ਹਾਂ ਦਾ ਜੀਵਨ ਸਾਨੂੰ ਇਹ ਤਾਂ ਦੱਸਦਾ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਕਰਮ ਕਾਂਡ ਭੇਖ ਧਾਰਨ ਜਾਂ ਧਾਰਮਿਕ ਚਿੰਨ੍ਹ ਧਾਰਨ ਕਰਨ ਜਾਂ ਪ੍ਰਾਣਾਯਾਮ ਜਾਂ ਅਨਹਦ ਨਾਦ ਵਜਾਉਣ ਜਾਂ ਤੀਰਥਾਂ ਤੇ ਯਾਤਰਾ ਵਰਤ ਰੱਖਣੇ, ਪੁਜਾਰੀਆਂ ਨੂੰ ਦਾਨ ਦੇਣਾ, ਸਰੀਰਾਂ ਨੂੰ ਕਿਸ਼ਤ ਦੇਣਾ, ਇਹ ਇਹਨਾਂ ਦੇ ਨਾਲ ਨਹੀਂ ਹੋ ਸਕਦੀ। ਪਰਮਾਤਮਾ ਦੀ ਪ੍ਰਾਪਤੀ ਹਿਰਦੇ ਦੀ ਨਿਰਮਲਤਾ, ਸ਼ਰਧਾ ਭਾਵਨਾ, ਨਿਰਮਲ ਭਾਵ, ਸੁੱਚੇ ਪਿਆਰ, ਸੰਸਾਰਿਕ ਵਸਤਾਂ ਦੇ ਮੋਹ ਤਿਆਗ ਕੇ ਹੀ ਹੋ ਸਕਦੀ ਹੈ। ਇਹਨਾਂ ਦੇ ਜੀਵਨ ਤੋਂ ਸਾਨੂੰ ਇਹ ਗੱਲ ਤਾਂ ਮਿਲਦੀ ਹੈ। ਇਹਨਾਂ ਦੇ ਜੀਵਨ ਵਿੱਚ ਬਹੁਤ ਵੱਡੇ ਮਤਭੇਦ ਹਨ। ਮੈਂ ਪਹਿਲਾਂ ਬੇਨਤੀ ਕਰਦਾ ਜਨਮ ਤਿਥੀ ਬਾਰੇ। ਪ੍ਰਿਥਵੀ ਸਿੰਘ ਆਜ਼ਾਦ, ਜਿਹੜੀ ਕਿਤਾਬ ਲਿਖੀ ਉਹਨੇ ਗੁਰੂ ਰਵਿਦਾਸ, ਉਹਦੇ ਪੰਨਾ 10 ਦੇ ਉੱਤੇ ਜਨਮ 1376 ਦਾ ਲਿਖਦਾ ਹੈ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਜੀ, ਭਗਤ ਰਵਿਦਾਸ ਜੀ ਪੰਨਾ 4 ਦੇ ਉੱਤੇ ਇਹਦਾ ਜਨਮ 1399 ਸਨ ਦਾ ਲਿਖਿਆ ਹੈ। ਭਾਈ ਬਰਕਤ ਸਿੰਘ ਜੀ ਜਿਹੜਾ ਨੇ ਜਨਮ 1471 ਤੇ ਸਨ 1414 ਲਿਖਿਆ, ਸੰਮਤ 1471 ਦਾ ਲਿਖਿਆ ਹੋਇਆ। ਸਰ ਜੋਗਿੰਦਰ ਸਿੰਘ ਜੀ ਬੰਬਈ ਵਾਲੇ, ਜਿਨ੍ਹਾਂ ਨੇ ਭਗਤ ਤੇਰੇ ਮਨ ਭਾਉਂਦੇ ਦੇ ਕਿਤਾਬ ਦੇ ਜਿਹੜਾ ਪੰਨਾ 6 ਦੇ ਉੱਤੇ ਲਿਖਿਆ ਵੀ ਇਹਨਾਂ ਦਾ ਜਨਮ 1378 ਨੂੰ ਹੋਇਆ। ਇਸ ਤਰ੍ਹਾਂ ਆਪ ਜੀ ਦੇ ਮਾਤਾ ਪਿਤਾ ਬਾਰੇ ਵੀ ਵਿਦਵਾਨ ਇਕਮਤ ਨਹੀਂ ਹਨ। ਭਾਈ ਕਾਹਨ ਸਿੰਘ ਨਾਭਾ ਜੀ ਨੇ ਪਿਤਾ ਸੰਤੋਖਾ ਤੇ ਮਾਤਾ ਦਿਆਰੀ ਲਿਖਿਆ ਹੈ। ਕਵੀ ਬਰਕਤ ਸਿੰਘ ਨੇ ਆਚਾਰੀਆ ਪ੍ਰਿਥਵੀ ਸਿੰਘ ਆਜ਼ਾਦ, ਪਿਤਾ ਰਾਘਵ ਤੇ ਮਾਤਾ ਕਰਮਾ ਦੇਵੀ ਦੱਸਦੇ ਹਨ। ਇਹ ਲੇਖਕ ਨੇ ਭਵਿੱਖ ਪੁਰਾਣ ਦੇ ਹਵਾਲੇ ਨਾਲ ਭਗਤ ਰਵਿਦਾਸ ਜੀ ਦੇ ਪਿਤਾ ਦਾ ਨਾਮ ਮਾਨਦਾਸ ਵੀ ਲਿਖਿਆ ਹੈ। ਅਨੇਕਾਂ ਸ਼ਰਧਾਲੂ ਪਿਤਾ ਦਾ ਨਾਮ ਰਘੂ ਤੇ ਮਾਤਾ ਦਾ ਨਾਮ ਘੁਰਬਿਨੀਆਂ ਕਰਕੇ ਵੀ ਮੰਨਦੇ ਹਨ। ਆਪ ਜੀ ਦਾ ਜਨਮ ਸਥਾਨ ਦਾ ਸਪਸ਼ਟ ਸੰਕੇਤ ਸਾਨੂੰ ਮਿਲਦਾ ਹੈ ਕਿ ਇਹ ਬਨਾਰਸ ਦੇ ਨੇੜਲੇ ਕਿਸੇ ਪਿੰਡ ਦੇ ਵਿੱਚ ਹਨ। ਮੇਰੀ ਜਾਤ ਕੂਟ ਬਾਂਡਲਾ ਢੋਲ ਢਮੰਤਾ ਨਿਤ ਬਨਾਰਸੀ ਆਸ ਪਾਸ ਹਨ। ਤੋ ਇੱਥੋਂ ਇਹ ਗੱਲ ਪਤਾ ਲੱਗਦੀ ਹੈ ਕਿ ਇਹ ਮੇਰੀ ਜਾਤ ਦੇ ਲੋਕ ਚਮ ਕੁੱਟਣ ਵਾਲੇ ਬਨਾਰਸ ਦੇ ਆਲੇ ਦੁਆਲੇ ਦੇ ਵਿੱਚ ਰਹਿੰਦੇ ਸਨ।
ਤੇ ਜਾਂ ਸਾਨੂੰ ਇੱਥੋਂ ਮਲਾਰ ਰਾਤ ਤੋਂ ਵੀ ਪਤਾ ਲੱਗਦਾ ਹੈ ਜਾਂ ਕਿ ਕੁਟੰਬ ਕੇ ਢੇਡ ਸਾਹਿਬ ਢੂੰਡ ਢੋਵਨ ਤੋਂ ਫਿਰੇ ਅਜੋ ਬਨਾਰਸੀ ਆਸ ਪਾਸ ਆ। ਇਸ ਤੋਂ ਆਪਾਂ ਅੰਦਾਜ਼ਾ ਹੀ ਲਾ ਸਕਦੇ ਹਾਂ ਕਿ ਆਪ ਦਾ ਜਨਮ ਬਨਾਰਸ ਦੇ ਨੇੜੇ ਇਹ ਪੰਡੂਰ ਜਾਂ ਮੰਡੂਰ ਵਿਖੇ ਹੋਇਆ, ਕਿਉਂਕਿ ਇਹ ਗੁਰਬਾਣੀ ਵਿੱਚੋਂ ਇਹ ਸ਼ਬਦ ਸਾਨੂੰ ਮਿਲਦੇ ਹਨ। ਇਸ ਪਿੰਡ ਦਾ ਪੁਰਾਣਾ ਨਾਂ ਪ੍ਰਿਥਵੀ ਸਿੰਘ ਆਜ਼ਾਦ ਅਨੁਸਾਰ ਮੰਡੂਗਾ ਡੀ ਸੀ ਤੇ ਇਹ ਬਨਾਰਸ ਛਾਉਣੀ ਤੋਂ ਤਕਰੀਬਨ 4 ਕਿਲੋਮੀਟਰ ਦੀ ਦੂਰੀ ਤੇ ਹੈ, GT ਰੋਡ ਦੇ ਉੱਤੇ ਹੈ। ਇੰਨਾ ਸਪਸ਼ਟ ਹੋਣ ਦੇ ਬਾਵਜੂਦ ਵੀ ਸਾਡੇ ਲਿਖਾਰੀ ਸੱਜਣਾਂ ਨੇ ਕਈਆਂ ਨੇ ਆਪਦਾ ਜਨਮ ਸਥਾਨ ਰਾਜਸਥਾਨ ਦਾ ਮਾਂਡਵਗੜ੍ਹ ਵੀ ਕਰਕੇ ਜਾਂ ਗੁਜਰਾਤ ਦਾ ਇੱਕ ਇਲਾਕਾ ਉਹਨੂੰ ਵੀ ਮੰਨਿਆ ਹੋਇਆ ਹੈ। ਤੋ ਇਹ ਭਗਤ ਜੀ ਦੇ ਜੀਵਨ ਦੇ ਵਿੱਚੋਂ ਸਾਨੂੰ ਅਜੇ ਖੋਜ ਕਰਨ ਦੀ ਲੋੜ ਹੈ ਤੇ ਬਹੁਤ ਸਾਰੀਆਂ ਸਾਖੀਆਂ ਇਹਨਾਂ ਦੇ ਜੀਵਨ ਦੇ ਨਾਲ ਜੁੜੀਆਂ ਸਾਨੂੰ ਮਿਲਦੀਆਂ ਹਨ। ਭਗਤ ਰਵਿਦਾਸ ਜੀ ਦੇ ਜੀਵਨ ਦੇ ਨਾਲ ਬਹੁਤ ਸਾਰੀਆਂ ਸਾਖੀਆਂ ਵੀ ਮਿਲਦੀਆਂ ਹਨ। ਅਸੀਂ ਉਹ ਸਾਖੀਆਂ ਦਾ ਸਾਡਾ ਲੈਣ ਦੇਣ ਕੋਈ ਹੈ ਨਹੀਂ, ਸਿਰਫ ਇੰਨੀ ਗੱਲ ਕਰਨੀ ਚਾਹੁੰਦਾ ਕਿ 15 ਭਗਤਾਂ ਵਿੱਚੋਂ ਜਿਹੜੇ ਭਗਤ ਇਹ ਹੋਏ ਉਹਨਾਂ ਵਿੱਚੋਂ ਇੱਕ ਮਾਨ ਪ੍ਰਾਪਤ ਹੋਇਆ ਭਗਤ ਰਵਿਦਾਸ ਜੀ ਨੂੰ ਵੀ, ਜਿਨ੍ਹਾਂ ਦੀ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂਆਂ ਦੇ ਬਰਾਬਰ ਸਥਾਨ ਜਿਹੜਾ ਸੀ ਉਹ ਦੇ ਦਿੱਤਾ ਗਿਆ। ਤੇ ਇਹ ਮਹਾਨ ਹਨ ਉਹ ਗੁਰੂ ਪਿਆਰੇ ਜਿਨ੍ਹਾਂ ਨੂੰ ਉੱਤੇ ਬਖਸ਼ਿਸ਼ ਹੋਈ, ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਆਪਣੇ ਆਪ ਨੂੰ ਗੰਢਿਆ, ਉਹਨਾਂ ਦੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਮਿਲ ਗਿਆ। ਤੋ ਇਸ ਵਾਸਤੇ ਇਹਨਾਂ ਦੇ 40 ਸ਼ਬਦ ਵੱਖ ਵੱਖ 16 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਦਰਜ ਮਿਲਦੇ ਹਨ। ਭਗਤ ਰਵਿਦਾਸ ਜੀ ਦੇ ਤਕਰੀਬਨ 40 ਸ਼ਬਦ ਹਨ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਮਿਲਦੇ ਹਨ। ਉੱਚਾ 16 ਰਾਗ ਦੇ ਆਪ ਜੀ ਨੇ ਇਸਤੇਮਾਲ ਕੀਤੇ ਹਨ। ਉਹ ਰਾਗ ਹਨ ਇਹ ਸ੍ਰੀ ਰਾਗ ਗੌੜੀ, ਆਸਾ, ਗੋਜਰੀ, ਸੋਰਠ, ਧਨਾਸਰੀ, ਜੈਤਸਰੀ, ਸੂਹੀ, ਬਲਾਵਲ, ਗੌਂਡ, ਰਾਮਕਲੀ, ਮਾਰੂ, ਕੇਦਾਰਾ, ਭੈਰੋਂ, ਬਸੰਤ ਤੇ ਮਲਾਰ। ਰਵਿਦਾਸ ਜੀ ਦਾ ਇਹ ਕਾਵਿ ਇੱਕ ਅਸਲ ਵਿੱਚ ਬੇਨਤੀ ਕਾਵਿ ਦੀ ਵਾਂਗੂ ਹੈ, ਜਿਹੜੇ ਇਹਨਾਂ ਦੀ ਕਾਵਿ ਦੀ ਸ਼ੈਲੀ ਹੈ, ਜਿਹਦੇ ਵਿੱਚ ਇੱਕ ਸਾਧਨਾ ਕਰਨ ਵਾਲਾ ਪਰਮਾਤਮਾ ਦੇ ਅੱਗੇ ਬੇਨਤੀ ਤੇ ਅਰਜ਼ੋਈ ਕਰਦਾ ਹੋਇਆ ਨਜ਼ਰ ਆਉਂਦਾ ਹੈ। ਇਹੋ ਜਿਹੀ ਇਹਨਾਂ ਦੀ ਰਚਨਾ ਜਿਹੜੀ ਮਿਸਾਂ ਦੇਖਣ ਨੂੰ ਮਿਲਦੀ ਹੈ। ਆਪ ਜੀ ਦੇ ਭਾਵੇਂ ਆਪਣੇ ਨਿਵਨ ਜਾਤੀ ਦੀ ਕਰਕੇ ਬਹੁਤ ਸਾਰੇ ਥਾਂ ਦੇ ਉੱਤੇ ਆਪਣੇ ਆਪ ਨੂੰ ਰਵਿਦਾਸ ਚਮਾਰਾ ਕਰਕੇ ਵੀ ਲਿਖਿਆ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ਜਾਤਾਂ ਪਾਤਾਂ ਦਾ ਕੋਈ ਮਕਸਦ ਨਹੀਂ ਹੈ, ਲੇਕਿਨ ਇਹ ਗੱਲ ਤਾਂ ਅਸੀਂ ਮੰਨ ਸਕਦੇ ਹਾਂ ਕਿ ਜਿਸ ਦਾ ਪਰਮਾਤਮਾ ਦਾ ਨਾਮ ਜਿਹਦੇ ਅੰਦਰ ਆ ਜਾਏ ਉਹ ਸਦਾ ਲਈ ਅਭੇਦ ਹੋ ਜਾਂਦੇ ਨੇ ਔਰ ਪਿਆਰੇ ਨਾਲ ਰੰਗੇ ਜਾਂਦੇ ਹਨ। ਉੱਥੇ ਉਹਦੀ ਜਾਤ ਕੇਵਲ ਇੱਕੋ ਬਣ ਜਾਂਦੀ ਹੈ, ਉਹ ਹੈ ਪਰਮਾਤਮਾ ਦਾ ਸੇਵਕ, ਪਰਮਾਤਮਾ ਦਾ ਪਿਆਰਾ। ਤੋ ਭਗਤ ਰਵਿਦਾਸ ਜੀ ਉਹਨਾਂ ਪਿਆਰਿਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਮਾਨ ਪ੍ਰਾਪਤ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਦਰਜ ਕਰਨ ਦਾ। ਅੱਜ ਦੀ ਵਿਚਾਰ ਨੂੰ ਅਸੀਂ ਇੱਥੇ ਹੀ ਸਮਾਪਤੀ ਕਰ ਰਹੇ ਹਾਂ। ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗ ਰਿਹਾ ਹਾਂ। ਆਪ ਜੀ ਨੂੰ ਬੇਨਤੀ ਹੈ ਸਾਰਿਆਂ ਨੂੰ ਕਿ ਪਿਆਰ ਸਹਿਤ ਫਤਿਹ ਦੀ ਸਾਂਝ ਕਰੀਏ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।